ਇਹਦੇ ਵਿੱਚ ਅਗਰ ਘਪਲੇ ਦੀ ਗੱਲ ਕੀਤੀ ਜਾਵੇ ਤਾਂ ਪੈਸਾ ਆਇਆ ਜਾਂ ਨਹੀਂ ਆਇਆ ਇਹ ਜਾਂਚ ਦਾ ਵਿਸ਼ਾ ਹੋ ਸਕਦਾ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਪੈਸਾ ਆਇਆ। ਪਰ ਹਾਂ ਇਹ ਹੋ ਸਕਦਾ ਕਿਉਂਕਿ ਉਹ ਉਹਨਾਂ ਤੋਂ ਫੇਵਰ ਲਿੱਤਾ ਹੈ, ਉਹੀ ਹੋ ਗਿਆ ਨਾ ਜੀ ਚੰਦਾ ਦੇ ਧੰਦਾ ਲੈ, ਹੋ ਸਕਦਾ ਉਹਨਾਂ ਨੇ ਫੇਵਰ ਕੀਤਾ ਹੋਵੇ ਜਦੋਂ ਪੰਜਾਬ ਦੇ ਇਲੈਕਸ਼ਨ ਲੜੇ ਉਦੋਂ ਕੰਟਰੀਬਿਊਸ਼ਨ ਕੀਤਾ ਹੋਵੇ, ਉਦੋਂ ਇਹਨਾਂ ਨੂੰ ਚੰਦਾ ਦਿੱਤਾ ਹੋਵੇ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੋਰ ਇਲੈਕਸ਼ਨਸ ਲੜਨੇ ਆ ਉਦੋਂ ਉਹ ਫੇਵਰ ਕਰ। ਸਾਨੂੰ ਮੰਨਿਆ ਵੀ ਜਾ ਸਕਦਾ ਕਿ ਪੰਜਾਬੀਆਂ ਨੂੰ ਨਹੀਂ ਮਿਲਿਆ, ਪੰਜਾਬ ਦੇ ਆਪਦੇ ਬੰਦਿਆਂ ਨੂੰ ਕੰਮ ਨਹੀਂ ਮਿਲਿਆ, ਲੇਕਿਨ ਇਹਦੇ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਚਹੇਤਿਆਂ ਨੂੰ ਕੰਮ ਨਹੀਂ ਮਿਲਿਆ, ਉਹ ਚਾਹੁੰਦੇ ਤਾਂ ਆਪਦੇ ਪਾਰਟੀ ਦੇ ਵਰਕਰਾਂ ਨੂੰ ਦੇ ਸਕਦੇ ਸੀ, L1 ਬਹੁਤ ਕੁਝ ਕਰ ਸਕਦੇ, ਲੇਕਿਨ ਉਹਨਾਂ ਨੇ ਉਹ ਨਹੀਂ ਕੀਤਾ ਇੱਥੇ। ਹੈਲੋ ਦੋਸਤੋ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਰਾਮ ਰਾਮ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸੁਰਿੰਦਰ ਬਬਲੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਮਨਪਸੰਦ ਚੈਨਲ ਖਬਰੀ ਲਾਲ ਤੇ। ਅੱਜ ਦਾ ਜਿਹੜਾ ਮੁੱਦਾ ਹੈ ਉਹ ਹੈ ਕਰੋਨੀ ਕੈਪੀਟਲਿਜ਼ਮ। ਯਾਨੀ ਮੈਨੂੰ ਇੰਨਾ ਕੁ ਸਮਝ ਆਇਆ ਕਿ ਸਮਝ ਸਮਝ ਕੇ ਸਮਝ ਕੋ ਸਮਝੋ, ਸਮਝ ਸਮਝਣਾ ਵੀਕ ਸਮਝ ਹੈ, ਔਰ ਸਮਝ ਸਮਝ ਕੇ ਵੀ ਜੋ ਨਾ ਸਮਝੇ ਮੇਰੀ ਸਮਝ ਮੇਂ ਵੋ ਨਾ ਸਮਝੇ। ਯਾਨੀ ਸਮਝ ਕੁਛ ਵੀ ਨਹੀਂ ਆਉਂਦਾ। ਇੱਕ ਨਵਾਂ ਤਰੀਕਾ ਰਿਸ਼ਵਤ ਲੈਣ ਦਾ ਤੇ ਰਿਸ਼ਵਤ ਦੇਣ ਦਾ, ਇੱਕ ਨਵਾਂ ਤਰੀਕਾ ਹੈਗਾ ਭ੍ਰਿਸ਼ਟਾਚਾਰ ਦਾ। ਪੈਸਾ ਲੈ ਵੀ ਲਿੱਤਾ ਜਾਂਦਾ ਤੇ ਪੈਸਾ ਲਿੱਤਾ ਵੀ ਨਹੀਂ ਜਾਂਦਾ, ਪੈਸਾ ਦੇ ਵੀ ਦਿੰਦੇ ਆ ਤੇ ਪੈਸਾ ਦਿੱਤਾ ਵੀ ਨਹੀਂ ਜਾਂਦਾ। ਯਾਨੀ ਦਿਖਣ ਦੇ ਵਿੱਚ ਕੁਛ ਵੀ ਨਹੀਂ ਆਉਂਦਾ, ਤੇ ਯਾਨੀ ਰਿਸ਼ਵਤ ਲੈਣ ਦਾ ਜਿਹੜਾ ਤਰੀਕਾ ਉਹ ਅਪਡੇਟ ਹੋ ਗਿਆ, ਸਾਰਾ ਕੁਛ ਅਪਡੇਟ ਹੋ ਗਿਆ, ਡਿਜੀਟਲਾਈਜੇਸ਼ਨ ਹੋ ਰਿਹਾ ਹੈਗਾ। ਤੇ ਇਹ ਕਰੋਨੀ ਕੈਪੀਟਲਿਜ਼ਮ ਕੀ ਹੈ? ਅੱਛਾ, ਇਹਨਾਂ ਚੀਜ਼ਾਂ ਬਾਰੇ ਆਪਾਂ ਭਾਜੀ ਤੋਂ ਪੁੱਛਦੇ ਹਾਂ, ਕਿਉਂਕਿ ਉਹ ਮੱਥਾ ਜਿਹਾ ਮਾਰਦੇ ਰਹਿੰਦੇ ਆ, ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ। ਮੈਨੂੰ ਥੋੜ੍ਹਾ ਜਿਹਾ ਘੱਟ ਸਮਝ ਆਉਂਦਾ, ਇਹ ਭੰਬੜ ਭੂਸਾ ਆ ਵੀ ਇਧਰੋਂ ਪੈਸੇ ਲੈ ਲਏ, ਇਧਰੋਂ ਪੈਸੇ ਦੇ ਦਿੱਤੇ, ਇਧਰੋਂ ਪੈਸੇ ਨਹੀਂ ਦਿੱਤੇ, ਇਧਰ ਪੈਸੇ ਨਹੀਂ ਦਿੱਤੇ, ਦੇਖਣ 'ਚ ਆ ਗਿਆ ਪੈਸੇ ਲੈ ਵੀ ਲਿੱਤੇ, ਪੈਸੇ ਦੇ ਵੀ ਦਿੱਤੇ, ਪੈਸੇ ਨਹੀਂ ਵੀ ਦਿੱਤੇ, ਪੈਸੇ ਨਹੀਂ ਵੀ ਦਿੱਤੇ, ਮਤਲਬ ਇਹ ਭੰਬੜ ਭੂਸਾ ਆ ਮੇਰੇ ਸਾਹਮਣੇ ਥੋੜ੍ਹਾ ਘੱਟ ਹੀ ਆਉਂਦਾ। ਆਪਾਂ ਭਾਜੀ ਨੂੰ ਬੁਲਾਉਂਦੇ। ਭਾਜੀ, ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋ ਜੀ, ਕਿਵੇਂ ਹੋ? ਵਧੀਆ ਵਧੀਆ। ਅੱਛਾ, ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਵਰਡ ਇੰਗਲਿਸ਼ ਦਾ ਸੁਣਨ 'ਚ ਆ ਰਿਹਾ ਸੀ, ਕਰੋਨੀ ਕੈਪੀਟਲਿਜ਼ਮ। ਹੁਣ ਜਿਹੜਾ ਹੈਗਾ ਉਹ ਕਹਿੰਦੇ ਵੀ ਹੁਣ ਮਤਲਬ ਵਰਕਿੰਗ ਦੇ ਵਿੱਚ ਹੈਗਾ, ਹੁਣ ਕਹਿਣ ਦਾ ਮਤਲਬ ਵੀ ਹੁਣ ਜ਼ਿਆਦਾ ਲੋਕ ਉਹਨੂੰ ਲੈ ਰਹੇ ਆ, ਨਾਮ ਲੈ ਰਹੇ ਆ ਕਰੋਨੀ ਕੈਪੀਟਲਿਜ਼ਮ ਦਾ। ਅਸਲ 'ਚ ਕਰੋਨੀ ਕੈਪੀਟਲਿਜ਼ਮ ਕਹਿੰਦੇ ਵੀ ਭ੍ਰਿਸ਼ਟਾਚਾਰ ਦਾ ਇੱਕ ਨਵਾਂ ਤਰੀਕਾ ਹੈ, ਇੱਕ ਨਵਾਂ ਨਾਮ ਹੈ, ਅਪਡੇਟ ਵਰਜ਼ਨ ਹੈ ਵੀ ਪੈਸਾ ਲੈ ਵੀ ਲਿੱਤਾ ਜਾਂਦਾ ਤੇ ਪੈਸਾ ਦੇ ਵੀ ਦਿੱਤਾ ਜਾਂਦਾ, ਪੈਸਾ ਲਿੱਤਾ ਵੀ ਨਹੀਂ ਜਾਂਦਾ, ਪੈਸਾ ਦਿੱਤਾ ਵੀ ਨਹੀਂ ਜਾਂਦਾ। ਮਤਲਬ ਜਿਵੇਂ ਆਪਾਂ ਇੱਕ ਐਪੀਸੋਡ ਨਹੀਂ ਕੀਤਾ ਸੀਗਾ ਗੋਸਟ ਇੰਪਲੋਈਜ਼, ਮਤਲਬ ਦਿਖਦਾ ਕੁਝ ਵੀ ਨਹੀਂ ਸੀਗਾ ਤੇ ਹੁੰਦਾ ਸਾਰਾ ਕੁਝ ਸੀਗਾ, ਤੇ ਇਹ ਕੀ ਹੈ ਕਰੋਨੀ ਕੈਪੀਟਲਿਜ਼ਮ? ਇਹਨੂੰ ਥੋੜਾ ਜਿਹਾ ਸਾਡੇ ਸੁਣਨ ਵਾਲੇ ਨੂੰ ਤੇ ਦੇਖਣ ਵਾਲੇ ਨੂੰ ਖੋਲ ਕੇ ਦੱਸੋ। ਦੇਖੋ ਜੀ, ਇਹ ਜਿਹੜਾ ਕਰੋਨੀ ਕੈਪੀਟਲਿਜ਼ਮ ਜਿਹੜਾ ਵਰਡ ਹੈ ਨਾ ਜੀ, ਇਹ ਅਮਰੀਕਾ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ ਸੀਗਾ। ਅੱਛਾ, ਅਮਰੀਕਾ। ਹਾਂਜੀ, ਕਰੋਨੀ ਕੈਪੀਟਲਿਜ਼ਮ ਅੱਜ ਦਾ ਨਹੀਂ ਹੈ, ਕਰੋਨੀ ਕੈਪੀਟਲਿਜ਼ਮ ਬਹੁਤ ਪੁਰਾਣਾ ਚੱਲ ਰਿਹਾ। ਫਰਕ ਇਹ ਹੈ ਕਿ ਹਰ ਵਾਰੀ ਕੈਪੀਟਲਿਜ਼ਮ, ਕਰੋਨੀ ਕੈਪੀਟਲਿਜ਼ਮ ਨੂੰ ਹਰ ਵਾਰੀ ਬਦਲ ਦਿੱਤਾ ਜਾਂਦਾ ਸੀ। ਠੀਕ ਹੈ। ਸ਼ੁਰੂਆਤ ਦੇ ਵਿੱਚ ਕਰੋਨੀ ਕੈਪੀਟਲਿਜ਼ਮ ਹੈਗਾ ਸੀਗਾ, ਉਸ ਟਾਈਮ ਇਹਨੂੰ ਕਰੋਨੀ ਕੈਪੀਟਲਿਜ਼ਮ ਨਹੀਂ ਕਿਹਾ ਜਾਂਦਾ ਸੀ, ਕਿਉਂਕਿ ਦੇਸ਼ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਦੇਸ਼ ਨੂੰ ਇੰਡਸਟਰੀਅਲਿਸਟ, ਵੱਡੇ ਲੋਕਾਂ ਦੀ, ਪੈਸੇ ਵਾਲੇ ਲੋਕਾਂ ਦੀ, ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਸੀ, ਕਿਉਂਕਿ ਉਦੋਂ ਆਪਾਂ ਸਾਰਾ ਕੁਝ ਬਣਾਉਣਾ ਸੀ। ਬਣਾਉਣਾ ਸੀ। ਉਸ ਤੋਂ ਬਾਅਦ ਜਿਹੜੇ ਉਹ ਲੋਕ ਸੀਗੇ ਉਹ ਲੋਕ ਦੇਸ਼ ਭਗਤ ਸੀਗੇ, ਦੇਸ਼ ਬਣਾਉਣਾ ਚਾਹੁੰਦੇ ਸੀ, ਸਭ ਕੁਝ ਕਰਨਾ ਚਾਹੁੰਦੇ ਸੀ, ਆਪ ਵੀ ਕਮਾਈ ਕਰਦੇ ਸੀ ਲੇਕਿਨ ਦੇਸ਼ ਬਾਰੇ ਜ਼ਿਆਦਾ ਸੋਚਦੇ ਸੀ। ਉਹ ਚੀਜ਼ਾਂ ਬਦਲ ਬਦਲ ਕੇ, ਬਦਲੇ ਬਦਲੇ, ਹੌਲੀ 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 ਬਦਲ ਕੇ ਜ਼ਿਆਦਾਤਰ ਲੋਕਾਂ ਦੇ ਆਪਦੀ ਜੇਬਾਂ ਦੇ ਵਿੱਚ ਜਾਣ ਵਾਲੇ ਕੰਮ ਹੋ। ਠੀਕ ਹੈ। ਕੁਝ ਸਿਸਟਮ ਇਹੋ ਜਿਹਾ ਬਣ ਗਿਆ ਜਿਹਦੇ ਕਰਕੇ, ਕਿਉਂਕਿ ਜੋ ਉਹ ਜਿਹੜੇ ਅਮੀਰ ਲੋਕ ਨੇ ਉਹ ਜ਼ਿਆਦਾ ਪਾਵਰਫੁਲ ਹੋ ਜਾਂਦੇ ਸੀਗੇ, ਜਿਹੜੇ ਸਰਕਾਰਾਂ ਨੂੰ ਉੱਤੇ ਥੱਲੇ ਕਰ ਦਿੰਦੇ ਸੀਗੇ। ਇਸ ਕਰਕੇ ਵਿੱਚ ਜੇ ਟ੍ਰੈਂਡ ਆਇਆ, ਬਦਲ ਗਿਆ ਸਿਸਟਮ, ਵਿੱਚ ਜੇ ਟ੍ਰੈਂਡ ਆਇਆ ਕਿ ਜਿਹੜੇ ਲੀਡਰ ਸੀਗੇ ਉਹ ਆਪ ਹੀ ਪੈਸਾ ਖਾਣ ਲੱਗ ਗਏ, ਡਾਇਰੈਕਟ ਹੋ ਗਏ ਸੀਗੇ, ਉਹ ਡਾਇਰੈਕਟ ਹੋ ਗਏ, ਆਪਦੀਆਂ ਕੰਪਨੀਆਂ ਬਣਾ ਲਈਆਂ, ਆਪਦੇ ਭਾਈਆਂ ਦੀਆਂ, ਭਤੀਜਿਆਂ ਦੀਆਂ, ਬੱਚਿਆਂ ਦੇ ਨਾਮ ਤੇ ਕੰਪਨੀਆਂ ਬਣਾ ਲਈਆਂ, ਸ਼ੇਅਰ ਰੱਖ ਲੈਂਦੇ ਆ ਜਿਵੇਂ ਮਰਜ਼ੀ ਕਰੋ, ਮਤਲਬ ਆਪਦਾ ਸ਼ੇਅਰ ਰੱਖ ਲਿਆ ਕਿ ਮਤਲਬ ਆਪਦੀਆਂ ਕੰਪਨੀਆਂ, ਮਤਲਬ ਬੋਗਸ ਕੰਪਨੀਆਂ, ਆਪਦੀਆਂ ਕੰਪਨੀਆਂ ਬੋਗਸ ਕਿਸੇ ਹੋਰ ਦੇ ਨਾਮ ਤੇ ਰੱਖ ਬਣਾ ਕੇ, ਠੀਕ ਹੈ, ਉਹ ਪੈਸੇ ਆਪਦੀ ਜੇਬਾਂ 'ਚ ਪਾਉਣ ਲੱਗ ਗਏ। ਅੱਛਾ, ਉਹ ਰੌਲਾ ਪਿਆ। ਠੀਕ ਹੈ। ਹੁਣ ਵਾਪਸ ਸਲੋਲੀ ਸਲੋਲੀ, ਹੁਣ ਹੌਲੀ ਹੌਲੀ ਵਾਪਸ ਕਰੋਨੀ ਕੈਪੀਟਲਿਜ਼ਮ ਦੇ ਵੱਲ ਆਪਾਂ ਵੱਧ ਰਹੇ ਹਾਂ, ਦੁਬਾਰਾ ਉਹੀ ਸਿਸਟਮ ਸ਼ੁਰੂ ਹੋ ਰਿਹਾ। ਮਤਲਬ ਜਿਵੇਂ ਜਿਵੇਂ ਕਾਨੂੰਨ ਦਾ ਸ਼ਿਕੰਜਾ ਜਾਂ ਵਿਜੀਲੈਂਸ ਦਾ ਸ਼ਿਕੰਜਾ ਕਸਿਆ ਜਾ ਰਿਹਾ, ਉਵੇਂ ਉਵੇਂ ਹੁਣ ਵਾਪਸ ਉੱਥੇ ਬਿਲਕੁਲ ਆ ਰਿਹਾ। ਬਿਲਕੁਲ ਬਿਲਕੁਲ ਬਿਲਕੁਲ, ਹੁਣ ਕਰੋਨੀ ਕੈਪੀਟਲਿਜ਼ਮ ਦੇ ਵੱਲ ਵੱਧ ਰਿਹਾ। ਭਾਜੀ, ਕਰੋਨੀ ਕੈਪੀਟਲਿਜ਼ਮ ਮਤਲਬ ਨਾਮ ਹੀ ਬੜਾ ਟੇਢਾ ਜਿਹਾ ਤੇ ਔਖਾ ਜਿਹਾ, ਇਹਨੂੰ ਤੁਸੀਂ ਪੰਜਾਬੀ ਥੋੜਾ ਐਕਸਪਲੇਨ ਕਰੋ, ਕਿਉਂਕਿ ਸੁਣਨ ਵਾਲੇ ਦੇਖਣ ਵਾਲੇ ਆਪਣੇ ਸਾਰੇ ਜ਼ਿਆਦਾ ਲਗਭਗ ਪੰਜਾਬੀ 'ਚ ਜਾਂ ਹਿੰਦੀ 'ਚ ਜ਼ਿਆਦਾ ਸਮਝਦੇ, ਤੁਸੀਂ ਪੰਜਾਬੀ 'ਚ ਐਕਸਪਲੇਨ ਕਰੋ। ਦੇਖੋ, ਮੈਂ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼, ਥੋੜਾ ਜਿਹਾ ਟੇਢਾ, ਬਹੁਤ ਤਰੀਕੇ ਨਾਲ ਇਹਨੂੰ ਸਮਝਣਾ ਪਊਗਾ, ਸੋ ਸਮਝਣ ਨੂੰ ਬਹੁਤ ਸੌਖਾ ਵੀ ਲੱਗਦਾ ਲੇਕਿਨ ਕਾਫੀ ਚੀਜ਼ਾਂ ਨੇ ਇਹਦੇ ਵਿੱਚ, ਕਿਉਂਕਿ ਪਹਿਲਾਂ ਦੇ ਸਿਸਟਮ ਤੇ ਹੁਣ ਸਾਡੇ ਸਿਸਟਮ 'ਚ ਥੋੜਾ ਜਿਹਾ ਫਰਕ ਆਇਆ, ਔਰ ਉਹ ਫਰਕ ਬਹੁਤ ਵੱਡਾ ਵੀ ਹੈ, ਬਹੁਤ ਛੋਟਾ ਵੀ ਹੈ। ਅੱਛਾ, ਉਹ ਇਸ ਤਰ੍ਹਾਂ ਹੈ ਕਿ ਜੀ ਇਹ ਮਾਡਰਨ ਪੋਲਿਟਿਕਸ ਹੈ, ਇਹਦੇ ਵਿੱਚ ਕੀ ਹੈ ਕਿ ਦੇਖੋ ਪਹਿਲਾਂ ਚੀਜ਼ਾਂ ਲੁਕਾਈਆਂ ਜਾ ਸਕਦੀਆਂ ਸੀਗੀਆਂ,
ਤੁਸੀਂ ਕੋਈ ਕੰਪਨੀ ਬਣਾ ਲਈ, ਉਹ ਕੰਪਨੀ ਦਾ ਪਤਾ ਨਹੀਂ ਲੱਗਦਾ ਸੀਗਾ ਕਿਉਂਕਿ ਕੋਈ ਇਨਫੋਰਮੇਸ਼ਨ ਲੈਂਦਾ ਹੀ ਨਹੀਂ ਸੀ, ਠੀਕ ਕੰਪਨੀਆਂ ਹੈ। ਠੇਕੇ ਲੈ ਲੈਂਦੀਆਂ, ਚੱਲੀ ਜਾਂਦਾ ਸੀ, ਕੁਝ ਪਤਾ ਨਹੀਂ ਲੱਗਦਾ ਸੀ, ਬੇਨਾਮੀ ਪ੍ਰਾਪਰਟੀਜ਼ ਦਾ ਨਹੀਂ ਪਤਾ ਲੱਗਦਾ ਸੀ। ਹੁਣ RTI ਆ ਗਏ, ਨਵੇਂ ਐਕਟ ਆ ਗਏ, ਰਾਈਟ ਟੂ ਇਨਫੋਰਮੇਸ਼ਨ ਹੈ। ਤੁਸੀਂ ਕਿਸੇ ਦੇ ਵੀ ਖਿਲਾਫ, ਅਗਰ ਕੋਈ ਕੋਈ ਵੀ ਸਰਕਾਰੀ ਚੀਜ਼ ਦੇ ਵਿੱਚ ਜਾਂ ਕਿਸੇ ਕੰਪਨੀ ਦੇ ਖਿਲਾਫ ਜਾਂ ਕਿਸੇ ਵੀ ਚੀਜ਼ ਦੇ ਖਿਲਾਫ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਹਾਨੂੰ 5 ਮਿੰਟ ਦੇ ਵਿੱਚ ਮਿਲਦੀ ਹੈ, ਜਾਂ ਤੁਸੀਂ ਇੱਕ ਐਪਲੀਕੇਸ਼ਨ ਪਾਓ, ਐਪਲੀਕੇਸ਼ਨ RTI ਪਾਓ, ਤੁਹਾਨੂੰ ਉਹਦੀ ਸਾਰੀ ਡਿਟੇਲਸ ਮਿਲਦੀਆਂ। ਪਹਿਲਾਂ ਪਹਿਲਾਂ ਨਹੀਂ ਮਿਲਦੀਆਂ, ਦਿੰਦੇ ਹੀ ਨਹੀਂ ਸੀ, ਦਿੰਦੇ ਹੀ ਨਹੀਂ ਸੀ, ਮਿਲਦੀਆਂ ਨਹੀਂ ਸੀ, ਔਰ ਕੋਈ ਕਾਨੂੰਨ ਵੀ ਨਹੀਂ ਹੈਗਾ। ਕਾਨੂੰਨ ਸੀ, ਠੀਕ ਹੈ। RTI ਹੋ ਗਿਆ, ਫਿਰ ਸੋਸ਼ਲ ਮੀਡੀਆ ਆ ਗਿਆ, ਹੋਰ ਇਲੈਕਟ੍ਰੋਨਿਕ ਸਿਸਟਮ ਆ ਗਏ ਜਿਹਦੇ ਵਿੱਚ ਚੀਜ਼ਾਂ ਅਪਗ੍ਰੇਡ ਹੋ ਗਈਆਂ, ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਣ ਲੱਗ ਗਈਆਂ, ਆਪਾਂ ਅਪਗ੍ਰੇਡ ਹੋ ਗਏ, ਲੋਕ ਪੜ੍ਹੇ ਲਿਖੇ ਹੋ ਗਏ, ਸਿਆਣੇ ਹੋ ਗਏ। ਪੜ੍ਹੇ ਬਸ ਲਿਖੇ ਦਾ ਮਤਲਬ ਇਕੱਲੀਆਂ ਡਿਗਰੀਆਂ ਨਹੀਂ ਹੁੰਦੀਆਂ ਕਿ ਕੋਈ MA ਹੈ, BA ਹੈ, ਕੋਈ MA ਹੋ ਕੇ ਵੀ ਨਾ ਸਮਝ ਹੋ ਸਕਦਾ ਹੈ, ਔਰ ਕੋਈ 10ਵੀਂ ਪਾਸ ਹੋ ਕੇ ਵੀ ਇੰਨਾ ਸਮਝਦਾਰ ਹੋ ਸਕਦਾ ਹੈ ਕਿ ਉਹਨੂੰ ਉਹ MA ਵਾਲੇ ਤੋਂ ਜ਼ਿਆਦਾ ਆਪਾਂ ਉਹਨੂੰ ਪੜ੍ਹਿਆ ਲਿਖਿਆ ਸਮਝਦਾਰ ਕਹਿ ਸਕਦੇ। ਮਤਲਬ ਲੋਕ ਅਵੇਅਰ ਹੋਣੇ ਸ਼ੁਰੂ ਹੋ ਗਏ। ਲੋ ਅਵੇਅਰਨੈਸ ਜ਼ਿਆਦਾ ਆ ਗਈ, ਸਮਝਣ ਲੱਗ ਗਏ ਚੀਜ਼ਾਂ। ਹੁਣ ਕ੍ਰੋਨੀ ਕੈਪੀਟਲਿਜ਼ਮ ਦਾ ਐਗਜ਼ਾਮਪਲ ਬਹੁਤ ਵਧੀਆ ਐਗਜ਼ਾਮ, ਬਹੁਤ ਤਗੜੇ ਤਗੜੇ ਐਗਜ਼ਾਮਪਲ ਹੈ। ਫੋਰ ਐਗਜ਼ਾਮਪਲ, ਹੁਣ ਐਗਜ਼ਾਮਪਲ ਦਿੰਦਾ ਤੁਹਾਨੂੰ, ਤੁਸੀਂ ਦੇਖਿਆ ਹੋਗਾ ਲੋਕੀ ਰੌਲਾ ਪਾ ਦੇਣੇ ਕਿ ਮੋਦੀ ਦੇ 2 ਯਾਰ, ਮੋਦੀ ਦੇ 3 ਯਾਰ। ਦੋ ਯਾਰ ਜ਼ਿਆਦਾਤਰ ਤੁਹਾਨੂੰ ਪਤਾ ਹੀ ਹੈ ਕਿਹਨਾਂ ਦਾ ਨਾਮ ਆਉਂਦਾ, ਹਾਂ ਅਡਾਨੀ ਤੇ ਅੰਬਾਨੀ। ਅੰਬਾਨੀ, ਬਿਲਕੁਲ। ਹੁਣ ਕੀ ਹੈ, ਬੀਜੇਪੀ ਮੋਦੀ ਦੇ ਨਾਮ ਤੇ ਅੱਜ ਤੱਕ ਕਦੇ ਪੈਸੇ ਲੈਣ ਦਾ ਕੋਈ ਭ੍ਰਿਸ਼ਟਾਚਾਰ ਦਾ ਨਹੀਂ ਆਰੋਪ ਲੱਗਿਆ, ਨਹੀਂ ਨਹੀਂ ਲੱਗਿਆ। ਲੱਗਿਆ, ਉਹ ਕੀ ਹੈ, ਕਿਉਂਕਿ ਉਹਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਹੁਣ ਲੀਡਰ ਸਮਝ ਗਿਆ ਕਿ ਸਾਨੂੰ ਆਪਦੀ ਜੇਬ 'ਚ ਪੈਸਿਆਂ ਦੀ ਲੋੜ ਨਹੀਂ, ਪਰ ਜਿਸ ਦਿਨ ਸਾਨੂੰ ਪੈਸਿਆਂ ਦੀ ਲੋੜ ਹੋਊਗੀ ਤਾਂ ਕੋਈ ਇਹੋ ਜਿਹੇ ਲੋਕ ਹੋਣੇ ਚਾਹੀਦੇ ਜਿਨ੍ਹਾਂ ਨੂੰ ਕੰਮ ਕਹਿ ਦਾਂਗੇ, ਉਹਨਾਂ ਦੇ ਕੰਮ ਹੋ ਜਾਣਗੇ। ਜਿਵੇਂ ਮੰਨ ਲਓ ਹੁਣ ਇਲੈਕਸ਼ਨ ਲੜਨੇ ਆ, ਇਲੈਕਸ਼ਨ ਲੜਨ ਵਾਸਤੇ ਮੋਦੀ ਜੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੇ, ਉਹ ਜ਼ਿਆਦਾਤਰ ਜਾਂ ਬੀਜੇਪੀ ਵਾਲੇ ਅੰਬਾਨੀ ਅਡਾਨੀ ਦੇ ਹੈਲੀਕਾਪਟਰ, ਉਹਨਾਂ ਦੇ ਏਅਰਕ੍ਰਾਫਟ ਯੂਜ਼ ਕਰਦੇ, ਪ੍ਰੋਪਰਟੀਜ਼ ਯੂਜ਼ ਕਰਦੇ, ਉਹਨਾਂ ਦੀਆਂ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਲੈਕਸ਼ਨ ਆਉਂਦੇ ਨੇ। ਕੋਈ ਕੋਈ ਰੈਲੀ ਹੈ ਜਾਂ ਕੁਛ ਹੈ ਜਾਂ ਉਹਦੇ 'ਚ ਤੇਲ ਪਵਾਉਣਾ ਜਾਂ ਕੁਛ ਕਰਨਾ, ਤਾਂ ਕਿਸੇ ਵੀ ਬੰਦੇ ਨੂੰ ਕਹਿ ਦਿੰਦੇ ਨੇ, ਅੰਬਾਨੀ ਵਾਲਿਆਂ ਨੂੰ ਕਹਿ ਦਿੰਦਾ, ਅੰਬਾਨੀ ਵਾਲਿਆਂ ਨੇ ਆਪਦੇ ਲੋਕਾਂ ਨੂੰ ਕਹਿ ਦਿੱਤਾ ਕਿ ਜੀ ਉਹਨਾਂ ਦੇ ਤੇਲ ਪਵਾ ਦਿਓ ਜਾਂ ਉਹਨਾਂ ਦੇ ਕੋਈ ਮਦਦ ਕਰ ਦਿਓ ਜਾਂ ਜੋ ਵੀ, ਮਤਲਬ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਡਾਇਰੈਕਟਲੀ ਹੈਲਪ ਕਰ ਇਨਡਾਇਰੈਕਟਲੀ ਚੀਜ਼ਾਂ ਹੋ ਜਾਂਦੀਆਂ ਦਿੰਦੇ। ਉਹਦੇ ਉਹਦੀ ਏਵਜ਼ ਦੇ ਵਿੱਚ, ਮਤਲਬ ਉਹ ਸਾਰੀ ਹੈਲਪ ਦੇ ਏਵਜ਼ ਦੇ ਵਿੱਚ ਲੀਡਰਸ ਨਵੀਆਂ ਪਾਲਿਸੀਆਂ ਬਣਾਉਂਦੇ ਨੇ ਕਿ ਉਹਨਾਂ ਪਾਲਿਸੀਆਂ ਅਕੋਰਡਿੰਗਲੀ ਉਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਕਿ ਇਹਨਾਂ ਨੂੰ ਫਾਇਦਾ ਹੋਵੇ, ਜਿਹੜੇ ਇਹਨਾਂ ਦੇ ਦੋਸਤ ਨੇ, ਠੀਕ ਹੈ, ਇਹਨਾਂ ਨੂੰ ਫਾਇਦਾ ਹੋਵੇ, ਰਿਲਾਇੰਸ ਨੂੰ, ਅਡਾਨੀ ਨੂੰ, ਅੰਬਾਨੀ ਨੂੰ, ਇਹਨਾਂ ਨੂੰ ਫਾਇਦਾ ਹੋਵੇ, ਜਾਂ ਹੋਰ ਏਜੀਆਂ ਕੰਪਨੀ ਦੇ ਜਿਨ੍ਹਾਂ ਨੂੰ ਫਾਇਦਾ ਹੋਵੇ। ਠੀਕ ਹੈ, ਇਹ ਚੀਜ਼ ਪਹਿਲਾਂ ਵੀ ਹੁੰਦੀ ਸੀ, ਲੇਕਿਨ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਆਪਦੇ ਭਤੀਜੇ ਦੀ ਜਿਹਦੇ ਵਿੱਚ ਆਪਦਾ ਹਿੱਸਾ ਹੋਵੇ ਜਾਂ ਆਪਦੀ ਹੀ ਕੰਪਨੀ ਹੋਵੇ, ਭਤੀਜੇ ਦੇ ਨਾਮ ਤੇ ਖੋਲੀ ਹੋਵੇ, ਭਾਂਜੇ ਦੇ ਨਾਮ ਤੇ ਖੋਲੀ ਹੋਵੇ, ਭੈਣ ਦੇ ਨਾਮ ਤੇ, ਜੀਜੇ ਦੇ ਨਾਮ ਤੇ, ਕਿਸੇ ਰਿਸ਼ਤੇਦਾਰ ਦੇ ਨਾਮ ਤੇ, ਹੋਰ ਤਾਂ ਹੋਰ ਪਿੱਛੇ ਇਹ ਬੜਾ ਚਲਨ ਚੱਲਿਆ ਸੀ, ਆਪਦੇ ਨੌਕਰ ਦੇ ਨਾਮ ਤੇ, ਆਪਦੇ ਰਸੋਈਏ ਦੇ ਨਾਮ ਤੇ, ਆਪਦੇ ਡਰਾਈਵਰ ਦੇ ਨਾਮ ਤੇ, ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ। ਲੋਕ ਕੁੱਤਿਆਂ ਦੇ ਨਾਮ ਦਾ ਵੀ ਕਰਦੇ ਸੀ, ਬਿਲਕੁਲ ਉਹ ਚੀਜ਼ਾਂ ਚੱਲ ਰਹੀਆਂ ਸੀ। ਉਹ ਚੀਜ਼ਾਂ ਤੋਂ ਬਾਹਰ ਆ ਕੇ ਹੁਣ ਇਹ ਸਿਸਟਮ ਐਂ ਬਣ ਗਿਆ। ਸਿੱਧਾ ਸਿੱਧਾ ਹਿਸਾਬ ਲਾ ਲਓ ਕਿ ਜੀ ਪੈਸਾ ਦੇ, ਚੰਦਾ ਦੇ, ਚੰਦਾ ਦੇ ਧੰਦਾ ਲੈ, ਕੀ ਬਾਤ ਹੈ, ਚੰਦਾ ਦੇ ਧੰਦਾ ਲੈ, ਹਾਂ ਇਹਨੂੰ ਇਹ ਸਮਝ ਲਓ। ਅੱਛਾ ਅੱਛਾ, ਹੁਣ ਆਹੀ ਚੀਜ਼ਾਂ ਹਰ ਪਾਸੇ ਹੋ ਰਹੀਆਂ ਨੇ। ਇਹਦੇ ਵਿੱਚ ਕੀ ਹੈ ਕਿ ਤੁਸੀਂ ਪੈਸਾ ਲਿਆ ਨਹੀਂ, ਕੋਈ ਕਰਪਸ਼ਨ ਨਹੀਂ ਕੀਤੀ, ਤੁਸੀਂ ਫੇਵਰ ਕੀਤੀ ਕਿਸੇ, ਠੀਕ ਹੈ। ਹੁਣ ਇਹ ਫੇਵਰ ਦੋ ਤਰ੍ਹਾਂ ਦੀ ਹੈ। ਹੁਣ ਫੇਵਰ ਦੇ ਵਿੱਚ ਕੀ ਹੈ, ਇੱਕ ਤਾਂ ਦੇਸ਼ ਵਾਸਤੇ ਫੇਵਰ ਹੈ। ਹੁਣ ਮੰਨ ਲਓ ਪੰਜਾਬ ਦੀ ਆਪਾਂ ਗੱਲ ਕਰਦੇ, ਪੰਜਾਬ ਦੇ ਵਿੱਚ ਆਪਣੇ ਕੋਈ ਖਾਸ ਇੰਡਸਟਰੀ ਹੈ ਨਹੀਂ, ਜਿਹੜੀ ਸੀਗੀ ਉਹ ਬਾਹਰ ਚਲ ਗਈ, ਹੁਣ ਜਿਹੜੀ ਸੀਗੀ ਉਹ ਬਾਹਰ ਚਲੇਗੀ, ਦੁਬਾਰਾ ਲਿਆਉਣੀ ਪਊਗੀ, ਹੁਣ ਦੁਬਾਰਾ ਲਿਆਉਣੀ ਪਊਗੀ। ਹੁਣ ਉਹ ਇੰਡਸਟਰੀ ਲਿਆਉਣ ਵਾਸਤੇ ਜਿਹੜੀ ਕੰਪਨੀਆਂ ਨੇ ਉਹ ਕਹਿੰਦੀਆਂ ਨੇ ਕਿ ਜੀ ਸਾਨੂੰ ਜ਼ਮੀਨ ਚਾਹੀਦੀ ਹੈ, ਸਾਨੂੰ ਆ ਫੇਵਰ ਚਾਹੀਦੀ ਹੈ। ਫੇਵਰ ਮਤਲਬ ਸਾਨੂੰ ਜ਼ਮੀਨ ਲੈ ਕੇ ਦਿਓ, ਕਿਉਂਕਿ ਇੰਡਸਟਰੀ ਲਾਵਾਂਗੇ ਤੇ ਜ਼ਮੀਨ ਚਾਹੀਦੀ ਹੈ, ਸਾਰਾ ਕੁਝ ਚਾਹੀਦਾ, ਠੀਕ ਹੈ। ਫੇਰ ਸਾਨੂੰ ਥੋੜਾ ਜਿਹਾ ਟੈਕਸ ਤੇ ਰਿਆਇਤ ਦੇ ਦਿਓ, ਸਾਨੂੰ ਆਹ ਕਰ ਦਿਓ, ਸਾਡੇ ਕੋਲ ਆ ਨਹੀਂ ਹੈ, ਕੰਟਰੈਕਟ ਆਏ ਬਣਾ ਦਿਓ, ਜਾਂ ਕਾਨੂੰਨ ਚ ਥੋੜੀ ਜਿਹੀ ਢਿੱਲ ਦਿਓ, ਢਿੱਲ ਦਿਓ। ਹੁਣ ਅਗਰ ਤਾਂ ਉਹ ਕਿਸੇ ਇੱਕ ਇੱਕ ਆਪਦੇ ਕਿਸੇ ਜਾਣਕਾਰ ਜਾਂ ਕਿਸੇ ਸਪੈਸ਼ਲ ਬੰਦੇ ਵਾਸਤੇ ਉਹ ਢਿੱਲ ਦਿੱਤੀ ਜਾਵੇ, ਇਕੱਲੀ ਉਹਨੂੰ ਕੰਟਰੈਕਟ ਦੇਣ ਵਾਸਤੇ, ਉਹਨੂੰ ਸਟੈਬਲਿਸ਼ ਕਰਨ ਵਾਸਤੇ ਦਿੱਤੇ, ਉਹ ਤਾਂ ਹੋ ਗਈ ਫੇਵਰਿਜ਼ਮ, ਠੀਕ ਹੈ। ਲੇਕਿਨ ਅਗਰ ਅਗਰ ਗੱਲ ਕੀਤਾ, ਕਿਉਂਕਿ ਪੰਜਾਬ ਨੂੰ ਇੰਡਸਟਰੀ ਦੀ ਜ਼ਰੂਰਤ ਹੈ, ਪੰਜਾਬ ਨੂੰ ਫੈਕਟਰੀਆਂ ਦੀ ਜ਼ਰੂਰਤ ਹੈ, ਔਰ ਫੈਕਟਰੀ ਕੌਣ ਲਾਊਗਾ, ਇੰਡਸਟਰੀਅਲਿਸਟ, ਪੈਸੇ ਵਾਲੇ ਲੋਕ। ਹੁਣ ਉਹਨਾਂ ਵਾਸਤੇ ਅਗਰ ਰਿਆਇਤ ਦਿੱਤੀ ਜਾਵੇ ਤਾਂ ਦੇਖਿਆ ਜਾਵੇ ਪੰਜਾਬ ਦਾ ਵੀ ਫਾਇਦਾ ਹੈ, ਬਿਲਕੁਲ ਬਿਲਕੁਲ, ਠੀਕ ਹੈ। ਹੁਣ ਜੇ ਤੁਸੀਂ ਕਿਸੇ ਕਿਸੇ ਸਪੈਸੀਫਿਕ ਬੰਦੇ ਵਾਸਤੇ ਇੱਕ ਸਪੈਸ਼ਲ ਟਰਮ ਬਣਾਓ ਉਹਨੂੰ ਫਾਇਦਾ ਦਿਵਾਉਣ ਵਾਸਤੇ, ਤੇ ਉਹਨਾਂ ਨਾਲ ਗੱਲ ਕਰ ਲਓ ਕਿ ਭਾਈ ਮੈਂ ਤੇਰਾ ਇੱਥੇ ਫਾਇਦਾ ਕਰਾ ਦੂੰਗਾ, ਪਰ ਜਿੱਦੇ ਸਾਨੂੰ ਲੋੜ ਪਊਗੀ, ਜਦੋਂ ਇਲੈਕਸ਼ਨ ਆਊਗਾ ਜਾਂ ਕਿਸੇ ਹੋਰ ਸਟੇਟ 'ਚ ਇਲੈਕਸ਼ਨ ਆਊਗਾ ਜਾਂ ਇੰਡੀਆ 'ਚ ਇਲੈਕਸ਼ਨ ਹੋਊਗਾ ਜਾਂ ਪੰਜਾਬ 'ਚ ਇਲੈਕਸ਼ਨ ਹੋਊਗਾ, ਉਦੋਂ ਤੈਨੂੰ ਸਾਨੂੰ ਫੰਡ ਦੇਣਾ ਪਊਗਾ, ਜਾਂ ਉਦੋਂ ਜਿਹੜੀਆਂ ਚੀਜ਼ਾਂ ਦੀ ਲੋੜ ਹੋਊਗੀ ਸਾਨੂੰ ਦੇਣਾ ਪਊਗਾ। ਇਹਨੂੰ ਕਹਿੰਦੇ ਨੇ ਚੰਦਾ ਦੇ, ਚੰਦਾ ਦੇ ਧੰਦਾ ਧੰਦਾ ਦੇ। ਸੋ ਇਹ ਸਿਸਟਮ
ਕੋਈ ਵੀ ਕੰਮ ਹੋਣਾ ਹੁੰਦਾ ਮੋਦੀ ਤੇ ਅਮਿਤ ਸ਼ਾਹ ਦੇ ਥਰੂ ਹੁੰਦਾ, ਛੋਟੇ ਲੋਕਾਂ ਦੇ ਥਰੂ ਨਹੀਂ ਹੁੰਦਾ, ਵੱਡੇ ਠੀਕ ਵੱਡੇ ਹੈ, ਮਿਨਿਸਟਰਸ ਦੇ ਥਰੂ ਹੁੰਦਾ, ਟੌਪ ਤੋਂ ਹੀ ਹੁੰਦਾ ਉਹ ਕੰਮ, ਟੌਪ ਤੋਂ ਹੀ ਹੁੰਦਾ, ਔਰ ਆਮ ਬੰਦੇ ਦਾ ਕੰਮ ਕੀਤਾ ਜਾਂਦਾ, ਉਹਨਾਂ ਦੇ ਲੈਵਲ ਦੇ ਕੰਮ ਕਦੇ ਖਰਾਬ ਨਹੀਂ ਕੀਤੇ ਜਾਂਦੇ, ਟੌਪ ਲੈਵਲ ਤੋਂ ਟੌਪ ਸਿਸਟਮ ਨਾਲ ਚੱਲਦਾ, ਛੋਟੀ ਮੋਟੀ ਚਿੰਦੀ ਚੋਰੀ ਜਿਹਨੂੰ ਕਹਿੰਦੇ, ਚੋਰੀ ਚਕਾਰੀ ਛੋਟੀ ਚਿੰਦੀ ਚੋਰੀ ਨਹੀਂ ਕੀਤੀ ਜਾਂਦੀ, ਉਹਨੇ ਵੱਡੇ ਪਰਚੂਨ ਚ ਨਹੀਂ ਹੁੰਦਾ, ਉਹਨੇ ਹੋਲਸੇਲ ਚ ਹੀ ਹੁੰਦਾ, ਹੋਲਸੇਲ ਚ ਹੁੰਦਾ, ਇਹਦੇ ਨਾਲ ਇੱਕ ਤਾਂ ਲੀਡਰ ਦੀ ਛਵੀ ਸਾਫ਼ ਰਹਿੰਦੀ ਹੈ, ਉਹਦੇ ਤੇ ਕੋਈ ਦੋਸ਼ ਨਹੀਂ ਲੱਗਦਾ ਕਿ ਤੂੰ ਪੈਸੇ ਖਾਧੇ, ਬਲੇਮ ਹੀ ਲੱਗਦਾ, ਕਿਉਂਕਿ ਠੀਕ ਉਹਨੇ ਹੈ, ਪੈਸੇ ਕਦੇ ਖਾਧੇ ਨਹੀਂ, ਉਹਨੇ ਪੈਸੇ ਤਾਂ ਲੀਡਰ ਲਏ ਤੇ ਨਹੀਂ, ਜ਼ਿਆਦਾਤਰ ਇਹੀ ਬਲੇਮ ਹੁੰਦੇ ਆ ਵੀ ਇਹਨੇ ਉੱਥੋਂ ਪੈਸਾ ਲੈਤਾ, ਉੱਥੋਂ ਪੈਸਾ ਖਾਧਾ, ਉੱਥੋਂ ਖਾ ਗਿਆ, ਉੱਥੋਂ ਖਾ ਗਿਆ, ਹੁਣ ਉਹ ਚੀਜ਼ਾਂ ਖਤਮ ਕਰਤੀਆਂ ਇਹਨੇ, ਬਿਲਕੁਲ, ਹੁਣ ਉਹ ਪੈਸਾ ਤਾਂ ਉਹਨਾਂ ਨੇ ਲਿਆ ਨਹੀਂ, ਲੇਕਿਨ ਫੇਵਰਿਜ਼ਮ ਜਿਹਨੂੰ ਕਹਿੰਦੇ ਕਿ ਕੈਂਪੇਨ ਕੰਟਰੀਬਿਊਸ਼ਨ, ਅੱਛਾ ਇੱਕ ਇਹਨੂੰ ਹੱਕ 'ਚ, ਉਹਦੇ ਹੱਕ 'ਚ ਕਹਿਣਾ ਹੋਵੇ, ਕਿ ਉਹਦੇ ਕੈਂਪੇਨ ਨੂੰ ਕੰਟਰੀਬਿਊਟ ਕਰਦੇ ਆ, ਉਹ ਪੈਸਾ ਦੇਣ, ਕੋਈ ਹੈਲਪ ਦੇਣ, ਕੋਈ ਕੋਈ ਸਾਜੋ ਸਮਾਨ ਚਾਹੀਦਾ ਹੈ, ਕੋਈ ਪੋਸਟਰ ਛਪਾਣੇ ਆ, ਕੋਈ ਐਡ ਦੇਣੀ ਆ, ਕੁਛ ਵੀ ਕਰਨਾ ਹੈ। ਹੁਣ ਪਿੱਛੇ ਜੇ ਇੱਕ ਜਿਵੇਂ ਹੁਣ ਫੋਰ ਐਗਜ਼ਾਮਪਲ ਮੀਡੀਆ, ਇੰਨਾ ਵੱਡੀ ਕੰਪਨੀ ਨੂੰ ਕਿਹਾ ਕਿਹਾ ਜਾਂਦਾ ਹੈ ਕਿ ਮੀਡੀਆ ਪੈਸਾ ਕਮਾਵੇ ਨਾ ਕਮਾਵੇ, ਕਿਉਂਕਿ ਮੀਡੀਆ ਕੰਪਨੀ ਬਹੁਤ ਪੈਸਾ ਨਹੀਂ ਕਮਾਉਂਦੀ, ਜ਼ਿਆਦਾ ਪੈਸਾ ਮੀਡੀਆ ਕੰਪਨੀ ਨਹੀਂ ਕਮਾਉਂਦੀਆਂ, ਠੀਕ ਹੈ, ਜ਼ਿਆਦਾਤਰ ਚੈਨਲ ਜਿਹੜੇ ਉਹ ਘਾਟੇ ਤੇ ਚੱਲਦੇ ਹੁੰਦੇ ਨੇ ਜਾਂ ਐਡ ਪਾਰ ਚੱਲਦੇ ਹੁੰਦੇ, ਕੋਈ ਬਹੁਤ ਜ਼ਿਆਦਾ ਪੈਸਾ ਨਹੀਂ ਹੁੰਦਾ, ਜਿੰਨਾ ਪੈਸਾ ਉਹਦੇ 'ਚ ਲੱਗਿਆ ਹੁੰਦਾ, ਲੇਕਿਨ ਉਹ ਇਨਫੋਰਮੇਸ਼ਨ ਵਾਰਫੇਅਰ ਹੈ, ਉਹ ਬਿਲਕੁਲ, ਸਿਸਟਮ ਹੈ, ਉਹ ਤੁਹਾਡਾ ਕੈਂਪੇਨ ਸੈੱਟ ਕਰਦਾ, ਹਵਾ ਬਣਾਉਂਦਾ, ਠੀਕ ਹੈ, ਤੁਸੀਂ ਕੀ ਚਾਹੁੰਦੇ ਹੋ ਸਰਕਾਰ 'ਚ ਬਹਿ ਕੇ ਜਾਂ ਆਪੋਜੀਸ਼ਨ 'ਚ ਬੈਠ ਕੇ ਕੀ ਚਾਹੁੰਦੇ ਹੋ ਕਿ ਲੋਕ ਕੀ ਸੁਣਨ, ਉਹਦੇ ਵਾਸਤੇ ਇਹਨਾਂ ਲੋਕਾਂ ਨੂੰ, ਵੱਡੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਮੀਡੀਆ ਕੰਪਨੀਆਂ ਦੇ ਵਿੱਚ ਆਪਦੇ ਹਿੱਸੇ ਪਾਓ, ਉਹ ਮੀਡੀਆ ਕੰਪਨੀਆਂ ਖਰੀਦਦੇ ਨੇ, ਉਹਨਾਂ ਦੇ ਵਿੱਚ ਹਿੱਸੇ ਪਾਉਂਦੇ ਨੇ ਜਾਂ ਉਹਨਾਂ ਦੀ ਮਲਕੀਅਤ ਲੈਂਦੇ ਨੇ, ਤੇ ਫਿਰ ਉਹਨਾਂ ਨੂੰ ਦੱਸਦੇ ਆ ਕਿ ਸਾਡੇ ਲੀਡਰ ਦੇ ਹੱਕ ਦੇ ਵਿੱਚ ਤੁਸੀਂ ਨਿਊਜ਼ ਦਿਖਾਉਣੀਆਂ ਨੇ, ਜੇ ਉਹਨਾਂ ਦੇ ਖਿਲਾਫ ਕੋਈ ਨਿਊਜ਼ ਆਉਂਦੀ ਹੈ ਉਹ ਤੁਸੀਂ ਨਹੀਂ ਦਿਖਾਉਣੀ, ਉਸ ਨਿਊਜ਼ ਨੂੰ ਦੱਬ ਦੇਣਾ। ਹਾਂ, ਪਿੱਛੇ ਜੇ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀਗਾ, ਉਹਦੇ 'ਚ ਉਹਨਾਂ ਨੇ ਦੱਸਿਆ ਵੀ ਕੋਈ ਲੀਡਰ ਸੀ, ਉਹ ਕਹਿੰਦੇ ਵੀ ਸਾਡੇ ਹਿਸਾਬ ਨਾਲ ਤੁਸੀਂ ਇਹ ਨਿਊਜ਼ ਕਰੋ, ਉਸ ਬਿਲਕੁਲ ਚੈਨਲ ਨੇ ਉਹਨਾਂ ਦੇ, ਉਹਨਾਂ ਨੇ ਮਤਲਬ ਉਹ ਚੈਨਲ ਹੀ ਖਰੀਦ ਲਿਆ। ਬਿਲਕੁਲ, ਆ ਹੁਣ NDTV ਦਾ ਵੀ ਰੌਲਾ ਚੱਲ ਰਿਹਾ, ਇਹਦੇ ਤੇ ਵੀ ਗੱਲ ਕਰਾਂਗੇ ਆਪਾਂ ਕਿਸ ਦਿਨ। NDTV ਨੂੰ ਬਿਨਾਂ NDTV ਦੇ ਮਾਲਿਕ ਨੂੰ ਦੱਸਿਆ ਕਿਵੇਂ ਖਰੀਦਿਆ ਗਿਆ, ਅਡਾਨੀ ਨੇ ਕਿਵੇਂ ਖਰੀਦ, ਇਹਦੇ ਵਿੱਚ ਅੱਛਾ, ਵੀ ਆਪਾਂ ਗੱਲ ਕਰਾਂਗੇ। ਮਤਲਬ ਮਾਲਿਕ ਨੂੰ ਦੱਸਿਆ ਨਹੀਂ ਤੇ ਮਾਲਿਕ ਚੈਨਲ ਵੀ ਖਰੀਦ ਲਿਆ? ਬਿਲਕੁਲ, ਮਾਲਿਕ ਨੂੰ ਪਤਾ ਨਹੀਂ ਤੇ ਉਹਦਾ ਚੈਨਲ ਖਰੀਦ ਲਿਆ ਗਿਆ ਹੈ, ਉਹ ਚੈਨਲ ਤੇ ਕਬਜ਼ਾ ਕੀਤਾ ਗਿਆ, ਜਿਵੇਂ ਹੋਸਟਲ ਟੇਕ ਓਵਰ ਕਰਨਾ, ਕਬਜ਼ਾ ਹੋ ਗਿਆ, ਹਾਂ ਖਰੀਦਿਆ ਨਹੀਂ, ਕਬਜ਼ਾ ਹੋ ਗਿਆ, ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਲੇ, ਉਹ ਅੱਛਾ ਦੱਸਾਂਗੇ ਕੀ ਹੋ ਰਿਹਾ ਕਿਵੇਂ ਨਹੀਂ, ਉਹ ਫਿਰ ਆਪਾਂ ਕੱਲ ਗੱਲ ਕਰਾਂਗੇ ਠੀਕ ਇਹਦੇ ਹੈ। ਬਾਰੇ। ਚਲੋ ਆਪਾਂ ਹੁਣ ਗੱਲ ਕਰ ਰਹੇ ਸੀ ਮਤਲਬ ਕਰੋਨੀ ਕੈਪੀਟਲਿਜ਼ਮ ਬਾਰੇ। ਬਿਲਕੁਲ, ਤੇ ਕਰੋਨੀ ਕੈਪੀਟਲਿਜ਼ਮ ਜਿਵੇਂ ਪਿੱਛੇ ਕੱਲ ਇੱਕ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, 500 ਕਰੋੜ ਦਾ ਕੋਈ ਸ਼ਰਾਬ ਦਾ ਘੁਟਾਲਾ, ਉਹਨਾਂ ਨੇ ਬਲੇਮ ਲਾਇਆ ਆਮ ਆਦਮੀ ਪਾਰਟੀ ਤੇ, ਉਹ ਕੀ ਹੈ, ਕਿਉਂਕਿ ਰਾਜਾ ਵੜਿੰਗ ਹੋ ਗਿਆ ਮਤਲਬ ਜਾਂ ਕਾਂਗਰਸੀ ਹੋ ਗਏ ਜਾਂ ਕੱਲ, ਇਹਨਾਂ ਨੂੰ ਲੋਕ ਹੁਣ ਸੀਰੀਅਸ ਨਹੀਂ ਲੈਂਦੇ ਵੀ ਇਹਨਾਂ ਨੇ ਤਾਂ ਬਸ ਇਹਨਾਂ ਕੋਲ ਇੱਕੋ ਹੀ ਕੰਮ ਹੈ ਹੁਣ ਵੀ ਸਰਕਾਰ ਡੇਗ ਦੋ, ਭਗਵੰਤ ਮਾਨ ਅਸਤੀਫਾ ਦੇਵੇ, ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਮਤਲਬ ਇਹਨਾਂ ਨੂੰ ਲੋਕ ਸੁਣਦੇ ਨਹੀਂ ਗੇ। ਮੇ ਵੀ ਉਹਦੇ ਵਿੱਚ ਕੋਈ ਵਧੀਆ ਜਾਣਕਾਰੀ ਸੀ ਲੋਕਾਂ ਵਾਸਤੇ? ਦੇਖੋ, ਜੋ ਗੱਲ ਉਹ ਕਹਿ ਰਹੇ ਨੇ ਉਹਦੇ ਚ ਕਈ ਤਾਂ ਤੱਥ ਨੇ, ਕਈ ਅੱਛਾ, ਤੱਥ ਹੋ ਸਕਦੇ ਨੇ, ਐਗਜੈਕਟਲੀ ਨਹੀਂ ਦੱਸਦਾ, ਤੱਥ ਹੋ ਸਕਦੇ ਨੇ। ਤੁਹਾਨੂੰ ਅਗਰ ਯਾਦ ਹੋਏਗਾ ਜਦੋਂ ਸਰਕਾਰ ਬਣੀ ਬਣੀ ਸੀ, ਹਾਂਜੀ, ਉਦੋਂ ਆਪਾਂ ਕਿਹਾ ਸੀ ਕਿ ਬਹੁਤ ਜਲਦ ਦਾਰੂ ਜਿਹਨੂੰ ਆਪਾਂ ਪੰਜਾਬੀ 'ਚ ਦਾਰੂ ਕਹਿੰਦੇ ਹਾਂ, ਲੀਕਰ ਪਾਲਿਸੀ ਦੇ ਵਿੱਚ ਕਾਫੀ ਕੁਝ ਹੋਣ ਵਾਲਾ, ਆਪਦੇ ਚਹੇਤਿਆਂ ਨੂੰ L1 ਦਿੱਤੇ ਜਾਣਗੇ। ਮੈਂ ਇਹ ਗੱਲ ਕਹੀ ਸੀ, ਹਾਂ, ਸ਼ਾਇਦ ਸ਼ਾਰਪ ਪਾਲਿਸੀ ਤੁਹਾਨੂੰ ਉਦੋਂ ਤੋਂ ਇਮੀਡੀਏਟ ਬਣੀ ਨਹੀਂ ਸੀ, ਇਮੀਡੀਏਟ ਬਣੀ ਨਹੀਂ ਸੀ, ਨਵੀਂ ਸ਼ਾਇਰ ਪਾਲਿਸੀ ਬਣਾਉਣੀ ਸੀ, ਮੈਂ ਤੁਹਾਨੂੰ ਕਿਹਾ ਸੀ L1 ਆਪਦੇ ਚਹੇਤਿਆਂ ਨੂੰ ਦਿੱਤੇ ਜਾਣਗੇ, ਠੀਕ ਹੈ, ਇਹ ਪਰਫੈਕਟ ਐਗਜ਼ਾਮਪਲ ਹੈ ਕਰੋਨੀ ਕੈਪੀਟਲਿਜ਼ਮ ਦਾ। ਅੱਛਾ, ਇਹਦੇ ਵਿੱਚ ਕੀ ਹੋਇਆ ਹੈ ਕਿ ਜਿੰਨਾ ਬੰਦਿਆਂ ਨੂੰ, ਉਹਨਾਂ ਬੰਦਿਆਂ ਨੂੰ ਹੀ ਦਿੱਲੀ ਅਵਾਰਡ ਹੋਏ ਸੀਗੇ, ਤੇ ਉਹਨਾਂ ਬੰਦਿਆਂ ਨੂੰ ਹੀ ਹੁਣ ਪੰਜਾਬ ਦੇ ਵਿੱਚ ਅਵਾਰਡ ਹੋਏ ਨੇ, ਇਹੀ ਗੱਲ ਸੁਖਬੀਰ ਬਾਦਲ ਕਹਿ ਰਹੇ ਨੇ। ਅੱਛਾ, ਮਤਲਬ ਜਿਵੇਂ ਉਹ ਕਹਿ ਰਹੇ ਆ ਵੀ ਜਿਹੜੇ ਬੰਦਿਆਂ ਨੂੰ ਦਿੱਲੀ ਦੇ ਵਿੱਚ ਦਿੱਤਾ ਹੈਗਾ ਠੇਕਾ L1 ਦਾ, ਉਹੀ ਬੰਦੇ ਮਤਲਬ ਪੰਜਾਬ ਦੇ ਵਿੱਚ ਹੈਗੇ ਆ, ਮਤਲਬ ਉਹੀ ਮਤਲਬ ਆਪਦੇ ਬੰਦੇ ਦਾ ਫੇਵਰ। ਬਿਲਕੁਲ, ਹੁਣ ਇਹਦੇ ਵਿੱਚ ਕੀ ਹੈ, ਹੁਣ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੀ ਕਰੋਨੀ ਕੈਪੀਟਲਿਜ਼ਮ ਦੇ ਵਿੱਚ ਵੀ ਤੁਸੀਂ ਦੋ ਤਰ੍ਹਾਂ ਨਾਲ ਖੇਡ ਸਕਦੇ ਹੋ। ਇਹਦੇ ਵਿੱਚ ਕੀ ਹੈ ਕਿ ਉਹੀ ਬੰਦਿਆਂ ਨੂੰ ਦਿੱਲੀ ਦੇ ਵਿੱਚ ਦਿੱਤਾ ਗਿਆ ਸੀ, ਉਹੀ ਬੰਦਿਆਂ ਨੂੰ ਪੰਜਾਬ 'ਚ ਦਿੱਤਾ ਜਾ ਰਿਹਾ ਹੈ ਅੱਛਾ, L1 ਦਾ ਠੇਕਾ, ਠੀਕ ਹੈ, L1 ਹੁੰਦੀ ਹੈ ਜਿਹੜੀ ਹੋਲਸੇਲ ਦੀਆਂ ਦੁਕਾਨਾਂ ਹੋਲਸੇਲ ਹੁੰਦੀਆਂ ਨੇ, ਨੇ ਠੀਕ ਹੈ, ਉਸ ਤੋਂ ਬਾਅਦ ਹੁੰਦੇ ਨੇ ਠੇਕੇ, ਜਿਹਦੇ 'ਚ ਆਪਾਂ ਜਾ ਕੇ ਬੋਤਲ ਖਰੀਦਦੇ ਆ, ਪਰਚੂਨ ਦੀਆਂ ਦੁਕਾਨਾਂ ਜਿਹੜੇ ਠੇਕੇ ਆਪਣੇ ਮੁਹੱਲੀ ਗਲੀ ਮੁਹੱਲਿਆਂ ਦੀ ਸੜਕਾਂ ਦੇ ਉੱਤੇ ਅੱਛਾ ਖੁੱਲੇ ਅੱਛਾ ਹੁੰਦੇ, ਇਹ ਪਰਚੂਨ ਦੀਆਂ ਹੋਣਗੀਆਂ, ਇਹ ਪਰਚੂਨ ਦੀਆਂ ਦੁਕਾਨਾਂ, ਰਿਟੇਲ ਸ਼ਾਪਸ, ਠੀਕ ਹੈ, ਠੀਕ ਹੈ, ਜਿਹੜੇ ਠੇਕੇ ਜਿਹਨਾਂ ਨੂੰ ਆਪਾਂ ਠੇਕੇ ਕਹਿੰਦੇ, ਨੇੜੇ ਨੇੜੇ ਖੁੱਲੇ ਹੁੰਦੇ ਨੇ, ਜਿੱਥੋਂ ਆਪਾਂ ਜਾ ਕੇ ਦਾਰੂ, ਆਮ ਬੰਦਾ ਜਾ ਕੇ ਦਾਰੂ ਖਰੀਦਦਾ, ਠੀਕ ਹੈ। ਹੁਣ ਕੀ ਹੈ, ਜਿਹੜਾ ਤਾਂ ਦਾਰੂ ਨੀਚੇ ਖਰੀਦਦਾ ਉਹ ਤਾਂ ਆਮ ਬੰਦਿਆਂ ਨੂੰ ਦਿੱਤੀਆਂ ਗਈਆਂ, ਲੇਕਿਨ ਜਿਹੜਾ L1 ਹੈ, L1 ਸਿਰਫ ਦੋ ਕੰਪਨੀਆਂ ਨੂੰ ਦਿੱਤੀਆਂ ਗਈਆਂ, ਦੋ ਮੇਨ ਕੰਪਨੀਆਂ ਦਿੱਤੀਆਂ ਗਈਆਂ, ਜਿਹਦਾ ਔਰ ਉਹ ਜਿਹੜੀਆਂ ਦੋ
ਉਹਦੇ 'ਚ ਕੀ ਕੀਤਾ ਇਹਨਾਂ ਨੇ? ਦੇਖੋ ਜੀ, ਨਾਮ ਤਾਂ ਚਲੋ ਉਹ ਹੈ ਜੋ ਕੰਪਨੀਜ਼ ਹੈ, ਮੈਂ ਤੁਹਾਨੂੰ ਨਾ ਕਨਸੈਪਟ ਦੱਸਦਾ ਆਪਾਂ ਅੱਛਾ ਨਾਮ ਨਾਮ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਏ ਨੇ। ਅਗਰ ਜ਼ਿਆਦਾ ਡਿਟੇਲ ਦੇਖਣੀ ਹੈ ਤਾਂ ਆਪਾਂ ਕੱਲ੍ਹ ਉਹ ਚੈਨਲ ਦੇ ਉੱਤੇ ਜਾ ਕੇ ਤੁਸੀਂ ਉਹ ਨਿਊਜ਼ ਦੇਖ ਵੀ ਸਕਦੇ ਹੋ ਠੀਕ ਹੈ। ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਅਸਲ 'ਚ ਮਤਲਬ ਘਪਲਾ ਕੀ ਆ ਉਹ ਉਹਦੇ ਬਾਰੇ? ਹਾਂ ਬਿਲਕੁਲ ਦੱਸ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਦਿਮਾਗ ਲਗਾਇਆ। ਇਹਨਾਂ ਨੇ ਜਿਹੜੇ L1 ਪਹਿਲਾਂ ਕੀ ਹੁੰਦੇ ਸੀ, L1 ਨਾ ਲੋਕਲ ਲੈਵਲ ਤੇ ਲੋਕਾਂ ਨੂੰ ਦਿੱਤੇ ਜਾਂਦੇ ਸੀ, ਜਾਂ ਜਿਹੜੇ ਮੈਨੂਫੈਕਚਰਰ ਹੁੰਦੇ ਸੀ ਜਿਵੇਂ ਆਪਣੇ ਦੇਸੀ ਦਾਰੂ ਦੇ ਮੈਨੂਫੈਕਚਰ ਸੀ ਜੋ ਜੋ ਪੰਜਾਬ ਦੇ ਵਿੱਚ ਦਾਰੂ ਬਣਦੀ ਸੀ, ਜ਼ਿਆਦਾਤਰ ਉਹ ਲੋਕ L1 ਲੈ ਲੈਂਦੇ ਸੀ, ਜਾਂ ਠੀਕ ਹੈ। ਸ਼ਹਿਰ ਦੇ ਜਿਹੜੇ ਅਮੀਰ ਲੋਕ ਹੁੰਦੇ ਸੀ ਉਹ L1 ਲੈ ਲੈਂਦੇ ਸੀ। ਉਹ ਅਮੀਰ ਲੋਕ ਕੌਣ ਲੈਂਦੇ ਸੀਗੇ? ਜਾਂ ਉਹਨਾਂ ਦਾ ਹਿੱਸਾ ਰੱਖਿਆ ਜਾਂਦਾ ਸੀਗਾ ਜਿਹੜੇ ਇਹਨਾਂ ਦੇ ਚਹੇਤੇ ਹੁੰਦੇ ਸੀ ਲੋਕਲ ਲੈਵਲ ਤੇ, ਉਹਨਾਂ ਨੂੰ ਦਿੱਤਾ ਠੀਕ ਹੈ ਜਾਂਦਾ ਸੀ। ਉਹਦੇ ਵਿੱਚ 5% L1 ਨੂੰ ਦਿੱਤਾ ਜਾਂਦਾ ਸੀ। ਅੱਛਾ। ਹੁਣ ਕੀ ਹੁੰਦਾ ਸੀਗਾ ਕਿ ਇਹ ਜਿਹੜੇ ਨੇ ਇਹ L1 ਜਿਹੜੇ ਪਹਿਲਾਂ L1 ਹੁੰਦੇ ਸੀ 50 70 100 ਜਿੰਨੇ ਵੀ L1 ਹੁੰਦੇ ਸੀ, ਇਹ L1 ਜਾ ਕੇ ਬ੍ਰੈਂਕੋ ਵਰਗੀਆਂ ਜਾਂ ਇਸ ਤਰ੍ਹਾਂ ਦੀ ਕੰਪਨੀਆਂ ਤੋਂ ਮਾਲ ਲੈਂਦੇ ਸੀ, ਮਾਲ ਲੈਂਦੇ ਕਿਉਂਕਿ ਮਾਲ ਤਾਂ ਉਹਨਾਂ ਤੋਂ ਹੀ ਲੈਣਾ ਪੈਣਾ ਹੈ ਠੀਕ ਹੈ ਅਲਟੀਮੇਟਲੀ, ਕਿਉਂਕਿ ਉਹ ਬ੍ਰਾਂਡ ਓਨ ਕਰਦੇ ਨੇ, ਉਹ ਬ੍ਰਾਂਡ ਓਨਰ ਨੇ, ਉਹਨਾਂ ਕੋਲ ਹੀ ਉਹ ਬ੍ਰਾਂਡ ਠੀਕ ਹੈ। ਉਹਨਾਂ ਤੋਂ ਮਾਲ ਲੈਂਦੇ ਸੀ, ਉਹਨਾਂ ਤੋਂ ਮਾਲ ਲੈ ਕੇ ਇੱਥੇ ਆਂਦਾ, ਇੱਥੇ ਲੋਕਲ ਲੈਵਲ ਤੇ L1 ਖੁੱਲਦਾ ਸੀ, L1 ਤੋਂ ਰਿਟੇਲਰ ਸ਼ਾਪ ਲੈ ਕੇ ਜਾਂਦੇ ਸੀ। ਠੀਕ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਵਿਚੋਲੀਏ, ਇੱਕ ਤਰ੍ਹਾਂ ਦੇ ਵਿਚੋਲੀਏ ਹੋ ਗਏ L1। ਇਹਨਾਂ ਨੇ L1 ਜਿਹੜੇ ਛੋਟੇ ਛੋਟੇ L1 ਸੀ ਉਹ ਸਾਰੇ ਕੱਢ ਕੇ ਇਹਨਾਂ ਕੰਪਨੀਆਂ ਨੂੰ, ਮੇਨ ਬੰਦਿਆਂ ਨੂੰ ਉਹ ਠੇਕਾ ਦਿੱਤਾ ਡਾਇਰੈਕਟਲੀ। ਇਹਨਾਂ ਨੇ ਸਿਸਟਮ ਇਹ ਜੇ ਬਣਾਇਆ, ਇਹਨਾਂ ਨੇ ਇਹ ਜੇ ਕੀਤੇ ਕਿ ਜੀ ਘੱਟੋ ਘੱਟ ਇੰਨੀ ਟਰਨਓਵਰ ਹੋਣੀ ਚਾਹੀਦੀ ਹੈ, ਉਹ ਸਿਸਟਮ ਇਹ ਜਾ ਬਣਾ ਕੇ ਇਹ ਜੀਆਂ ਸ਼ਰਤਾਂ ਰੱਖ ਕੇ ਉਹਨਾਂ ਦੇ ਫੇਵਰ ਦੇ ਵਿੱਚ ਉਹ ਦੋ ਕੰਪਨੀਆਂ ਨੂੰ ਕੰਟਰੈਕਟ ਮਿਲ ਗਿਆ। ਯਾਨੀ L1 ਹੀ ਉਹਨਾਂ ਨੂੰ ਕਰਤਾ ਜਾਂ L1 ਨੂੰ ਖਤਮ ਕਰਤਾ? L1 ਉਹਨਾਂ ਨੂੰ ਕਰਤਾ ਜੀ, L1 ਖਤਮ ਨਹੀਂ ਹੋ ਸਕਦਾ ਨਾ, ਹੋਲਸੇਲਰ ਤਾਂ ਠੀਕ ਹੈ। ਖਤਮ ਨਹੀਂ ਹੋ ਸਕਦਾ, ਲੇਕਿਨ ਠੀਕ ਹੋਲਸੇਲਰ ਡਾਇਰੈਕਟ ਕਰਤਾ। ਠੀਕ ਹੈ। ਤੁਸੀਂ ਇਹਨੂੰ ਐਂ ਸਮਝੋ ਕਿ ਇੱਕ ਐਮਾਜ਼ਾਨ ਬਣਾਤਾ ਜਾਂ ਆਨਲਾਈਨ ਵਾਲੀ ਕੰਪਨੀ, ਜਿਵੇਂ ਆਪਾਂ ਠੀਕ ਹੈ। ਆਨਲਾਈਨ ਤੋਂ ਸਮਾਨ ਖਰੀਦਦੇ ਆ, ਐਮਾਜ਼ਾਨ ਨੇ ਕੀ, ਐਮਾਜ਼ਾਨ ਦੇ ਵਿੱਚ ਉਹ ਸਮਾਨ ਸਸਤਾ ਕਿਉਂ ਪੈਂਦਾ ਹੈ? ਕਿਉਂਕਿ ਉਹ ਡਾਇਰੈਕਟ ਕੰਪਨੀ ਤੋਂ ਖਰੀਦਦੇ ਆ, ਉਹ ਡਾਇਰੈਕਟ ਆਪਾਂ ਨੂੰ ਭੇਜ ਦਿੰਦੇ, ਵਿਚਾਲੇ ਸਪਲਾਇਰ, ਵਿਚਾਲੇ ਹੋਲਸੇਲਰ, ਵਿਚਾਲੇ ਰਿਟੇਲਰ ਸਾਰੇ ਖਤਮ ਕਰਕੇ ਡਾਇਰੈਕਟ ਤੁਹਾਨੂੰ ਭੇਜ ਦਿੰਦੇ ਨੇ ਮਾਲ। ਬਿਲਕੁਲ। ਇਹੀ ਦਿਮਾਗ ਇਹਨਾਂ ਨੇ ਇਸ ਪਾਲਿਸੀ ਦੇ ਵਿੱਚ ਲਗਾਇਆ ਠੀਕ ਕਿ ਹੈ। ਇਹਨਾਂ ਨੇ L1 ਉਹੀ ਬਣਾਤੇ ਜਿਹੜੇ ਬ੍ਰਾਂਡ ਓਨਰ ਨੇ, ਜਿਨ੍ਹਾਂ ਤੋਂ ਮਾਲ ਚੱਕਣਾ ਸੀ ਉਹਨਾਂ ਨੂੰ L1 ਹੀ ਹਾਂ ਬਣਾਤਾ। ਬ੍ਰਾਂਡ ਉਹਨਾਂ ਨੂੰ ਹੀ L1 ਬਣਾਤਾ ਤੇ ਉਹੀ ਸਾਰੇ ਪੰਜਾਬ ਦੇ ਵਿੱਚ ਦੇਣਗੇ। ਠੀਕ ਹੈ। ਹੁਣ ਇਹਦੇ ਵਿੱਚ ਅਗਰ ਕਪਲੇ ਦੀ ਗੱਲ ਕੀਤੀ ਜਾਵੇ ਤਾਂ ਪੈਸਾ ਆਇਆ ਜਾਂ ਨਹੀਂ ਆਇਆ ਇਹ ਜਾਂਚ ਦਾ ਵਿਸ਼ਾ ਹੋ ਸਕਦਾ, ਕਿਉਂਕਿ ਮੈਨੂੰ ਨਹੀਂ ਲੱਗਦਾ ਪੈਸਾ ਆਇਆ। ਪਰ ਹਾਂ ਇਹ ਹੋ ਸਕਦਾ ਕਿਉਂਕਿ ਉਹਨਾਂ ਤੋਂ ਫੇਵਰ ਲਿੱਤਾ ਹੈ, ਉਹੀ ਆ ਗਿਆ ਨਾ ਜੀ ਚੰਦਾ ਦੇ ਧੰਦਾ ਲੈ, ਹੋ ਸਕਦਾ ਉਹਨਾਂ ਨੇ ਫੇਵਰ ਕੀਤਾ ਹੋਵੇ ਜਦੋਂ ਪੰਜਾਬ ਦੇ ਇਲੈਕਸ਼ਨ ਲੜੇ, ਉਦੋਂ ਕੰਟਰੀਬਿਊਸ਼ਨ ਕੀਤਾ ਹੋਵੇ, ਉਦੋਂ ਇਹਨਾਂ ਨੂੰ ਚੰਦਾ ਦਿੱਤਾ ਹੋਵੇ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੋਰ ਇਲੈਕਸ਼ਨਸ ਲੜਨੇ ਆ ਉਦੋਂ ਉਹ ਫੇਵਰ ਕਰ। ਹਾਂ, ਮਤਲਬ ਐਡਵਾਂਸ ਦੇ ਵਿੱਚ ਚੰਦਾ ਦੇ ਜਾਂਦੇ ਆ, ਹਾਂ ਧੰਦਾ ਦੇ ਰਿਹਾ ਫਿਰ ਚੰਦਾ ਲੈ ਲੈਂਗੇ, ਜਾਂ ਪਹਿਲੇ ਚੰਦਾ ਲੈ ਕੇ ਧੰਦਾ ਦੇ ਦਿਆ ਫਿਰ ਚੰਦਾ ਲੈ ਲੈਂਗੇ, ਹਾਂ ਉਹ ਕੰਮ ਹੋ ਰਿਹਾ। ਇਹਦੇ ਵਿੱਚ ਅਗਰ ਦੇਖਿਆ ਜਾਵੇ ਕੀ ਪੰਜਾਬ ਨੂੰ ਨੁਕਸਾਨ ਹੋਇਆ, ਦੇਖੋ ਜੀ ਹਾਲੇ ਤੱਕ ਜੋ ਲੱਗ ਰਿਹਾ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਇਆ, ਕੋਈ ਖਾਸ ਨੁਕਸਾਨ ਨਹੀਂ ਹੋਇਆ। ਕਿਉਂ ਕੋਈ ਖਾਸ ਨੁਕਸਾਨ ਨਹੀਂ ਹੋਇਆ? ਇਹਨੂੰ ਨੁਕਸਾਨ ਮੰਨਿਆ ਵੀ ਜਾ ਸਕਦਾ ਕਿ ਪੰਜਾਬੀਆਂ ਨੂੰ ਨਹੀਂ ਮਿਲਿਆ, ਪੰਜਾਬ ਦੇ ਆਪਦੇ ਬੰਦਿਆਂ ਨੂੰ ਕੰਮ ਨਹੀਂ ਮਿਲਿਆ, ਲੇਕਿਨ ਇਹਦੇ 'ਚ ਇਹ ਵੀ ਦੇਖਿਆ ਜਾ ਸਕਦਾ ਕਿ ਚਹੇਤਿਆਂ ਨੂੰ ਕੰਮ ਨਹੀਂ ਮਿਲਿਆ। ਉਹ ਚਾਹੁੰਦੇ ਤਾਂ ਆਪਦੇ ਪਾਰਟੀ ਦੇ ਵਰਕਰਾਂ ਨੂੰ ਦੇ ਸਕਦੇ ਸੀ L1, ਬਹੁਤ ਕੁਝ ਕਰ ਸਕਦੇ, ਲੇਕਿਨ ਉਹਨਾਂ ਨੇ ਉਹ ਨਹੀਂ ਕੀਤਾ। ਇੱਥੇ ਕ੍ਰੋਨੀ ਕੈਪੀਟਲਿਜ਼ਮ ਆ ਗਈ, ਕਿਉਂਕਿ ਮੇਨ ਟੌਪ ਤੋਂ ਪੈਸੇ ਦਾ ਸਿਸਟਮ ਕੀਤਾ ਗਿਆ, ਟੌਪ ਤੋਂ ਕੰਮ ਦਿੱਤਾ ਗਿਆ ਦੋ ਬੰਦਿਆਂ ਨੂੰ ਦਿੱਤਾ ਗਿਆ, ਜਿਹੜਾ ਸਾਰਾ ਪੰਜਾਬ ਦੇ ਵਿੱਚ ਹੋਲਸੇਲ ਕਰਨਗੇ। ਇਹਦੇ ਵਿੱਚ ਅਗਰ ਮੈਂ ਕਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਨਹੀਂ, ਉਹ ਆਮ ਬੰਦੇ ਨੂੰ ਨੁਕਸਾਨ ਨਹੀਂ ਹੋਇਆ, ਆਮ ਬੰਦੇ ਨੂੰ ਫਾਇਦਾ ਹੋਇਆ। ਕਿਉਂ ਫਾਇਦਾ ਹੋਇਆ? ਦਾਰੂ ਦੇ ਰੇਟ ਘਟ ਗਏ, ਦਾਰੂ ਦੇ ਰੇਟ ਘਟੇ। ਉਹ ਕਹਿੰਦੇ ਜੀ ਸੁਖਬੀਰ ਬਾਦਲ ਜੀ ਕਹਿ ਰਹੇ ਕਿ 5% ਦੀ ਜਗ੍ਹਾ 10% ਕਰਤਾ। ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ ਵੀ ਮਤਲਬ ਜਿਹੜਾ ਇੱਕ L1 ਵਾਲਿਆਂ ਦਾ ਹਿੱਸਾ ਹੁੰਦਾ ਸੀ, ਮੰਨ ਲਓ ਹੈ ਨਾ ਪ੍ਰੋਫਿਟ ਮਾਰਜਨ ਹੁੰਦਾ ਸੀ, ਹਾਂ ਓਨਰ ਤੋਂ ਲੈ ਕੇ L1 ਵਾਲੇ ਦਾ ਪ੍ਰੋਫਿਟ ਮਾਰਜਨ ਹੋਣਾ, ਫਿਰ ਮਾਰਜਨ ਇਹਦਾ ਹੋਣਾ ਨਾ, ਬਿਲਕੁਲ L1 ਵਾਲੇ ਦਾ ਮਾਰਜਨ ਤਾਂ ਜਿਹੜਾ ਹੈਗਾ ਓਨਰ ਦੇ ਵਿੱਚ ਹੀ ਇਨਕਲੂਡ ਹੋ ਗਿਆ, ਉਹ ਬ੍ਰਾਂਡ ਓਨਰ ਘਟ ਦੇ ਵਿੱਚ। ਗਿਆ, ਹਾਂ ਉਹ ਘਟ ਗਿਆ, ਘਟ ਗਿਆ। ਉਹਨਾਂ ਨੇ ਚਾਹ ਕੇ 10% ਕਰਤਾ, 5% ਦੀ ਜਗ੍ਹਾ 10% ਕਰਤਾ ਉਹਨਾਂ ਮਾਰਜਨ, ਉਹਨਾਂ ਦਾ ਮਾਰਜਨ ਪਹਿਲਾਂ 5% ਰੱਖਿਆ ਹੋਇਆ ਸੀਗਾ, ਹਾਂਜੀ ਹੁਣ 10%, ਹੁਣ 10% ਮਾਰਜਨ। ਲੇਕਿਨ ਉਹਦੇ ਵਿੱਚ ਇਹ ਦੇਖ ਲਓ ਕਿ ਵਿਚਾਰੋ ਮੀਡੀਅਮ ਸਾਰੇ ਨਿਕਲ ਗਏ, ਜਦੋਂ ਵਿਚਾਰੋ ਮੀਡੀਅਮ ਨਿਕਲ ਜਾਂਦੇ ਨੇ ਐਫੀਸ਼ੀਐਂਸੀ ਬਣ ਜਾਂਦੀ ਹੈ, ਇਹਨੂੰ ਸਿਕਸ ਸਿਗਮਾ ਦੀ ਭਾਸ਼ਾ ਦੇ ਵਿੱਚ ਲੀਨ ਪ੍ਰੋਜੈਕਟ ਵੀ ਕਿਹਾ ਜਾਂਦਾ, ਕੁਆਲਿਟੀ ਵੀ ਮੇਨਟੇਨ ਹੋਊਗੀ, ਕੁਆਲਿਟੀ ਵੀ ਮੇਨਟੇਨ ਹੋ ਸਕਦੀ ਹੈ, ਕਾਫੀ ਚੀਜ਼ਾਂ ਸੁਧਰ ਜਾਂਦੀਆਂ ਨੇ ਜਦੋਂ ਘੱਟ ਚੀਜ਼ਾਂ ਘੱਟ ਲੋਕਾਂ ਦੇ ਹੱਥ 'ਚ ਹੋਵੇ ਚੀਜ਼ਾਂ, ਤਾਂ ਕੁਆਲਿਟੀ ਵੀ ਮੇਨਟੇਨ ਹੁੰਦੀ ਵਿਚੋਲੀਆਂ ਹੈ, ਘਟ ਜਾਂਦੀਆਂ ਤਾਂ ਹਾਂ ਡੈਮੇਜ ਵੀ ਘਟ ਜਾਂਦਾ ਹੈ, ਕਾਸਟ ਵੀ ਘਟ ਜਾਂਦੀ ਹੈ। ਸੋ ਹੋ ਸਕਦਾ ਉਹ ਚੀਜ਼ਾਂ ਹੋਈਆਂ, ਲੇਕਿਨ ਅਗਰ ਆਮ ਬੰਦੇ ਦੀ ਗੱਲ ਕੀਤੀ ਜਾਵੇ ਤਾਂ ਆਮ ਬੰਦੇ ਨੂੰ ਫਰਕ ਨਹੀਂ ਪਿਆ, ਕਿਉਂਕਿ ਰਿਟੇਲਰ ਨੂੰ ਫਰਕ ਨਹੀਂ ਪਿਆ, ਠੇਕੇ ਵਾਲੇ ਉਹੀ ਰਹਿ ਗਏ, ਉਹਨਾਂ ਨੇ ਕਿਸੇ ਤੋਂ ਮਾਲ ਲੈਣਾ ਜਿਹਦੇ ਮਰਜ਼ੀ ਤੋਂ ਲੈ ਲੈਂਦੇ। ਲੇਕਿਨ ਅਗਰ ਅਗਰ ਉਹ ਮੋਨੋਪੋਲੀ ਦੀ ਗੱਲ ਕਰ ਰਹੇ ਸੁਖਬੀਰ ਬਾਦਲ, ਮੋਨੋਪੋਲੀ ਦੇ ਵਿੱਚ ਤਾਂ ਫਿਰ ਰੇਟ ਤੇਜ਼ ਹੋਣੇ ਚਾਹੀਦੇ ਸੀ, ਇੱਥੇ ਰੇਟ
ਐਗਜ਼ਾਮਪਲ ਹੈ। ਹੁਣ ਜੇ ਤੁਸੀਂ ਇਹਨੂੰ ਕਰਪਸ਼ਨ ਮੰਨਦੇ ਹੋ ਕਿ ਨਹੀਂ ਮੰਨਦੇ, ਇਹ ਤੁਹਾਡਾ ਦੇਖਣਾ, ਅੱਛਾ ਤੁਹਾਡਾ ਦੇਖਣਾ। ਕਰਪਸ਼ਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ, ਜਿਵੇਂ ਸੁਖਬੀਰ ਬਾਦਲ ਸਾਹਿਬ ਨੇ ਦੱਸਿਆ ਵੀ 5% ਦੀ ਥਾਂ ਤੇ 10% ਕਰਤਾ, ਬਿਲਕੁਲ। ਪਰ ਇਹ ਕਹਿੰਦੇ ਵੀ ਸਰਕਾਰ ਇਹ ਕਹਿੰਦੀ ਹੈ ਵੀ ਸਾਨੂੰ ਜਿਹੜਾ 5% ਹੈਗਾ ਉਹ ਬੈਕਡੋਰ ਸਾਨੂੰ ਵਾਪਸ ਕਰਤਾ ਜਾਵੇ। ਦੇਖੋ ਇਹ ਤਾਂ ਤੋਹਮਤਾਂ ਨੇ, ਕੋਈ ਪ੍ਰੂਫ ਤਾਂ ਹੋਇਆ ਨਹੀਂ। ਹਾਂ ਇਹ ਤਾਂ ਗੱਲਾਂ ਹੀ ਹੈ। ਪੈਸਾ ਆਇਆ ਨਹੀਂ ਆਇਆ, ਕੋਈ ਟ੍ਰਾਂਜੈਕਸ਼ਨ ਦਾ ਪਤਾ ਹੈ? ਨਹੀਂ ਪਤਾ। ਉਹ ਦੱਸ ਰਹੇ ਨੇ ਵੀ ਉੱਥੇ ਉੱਥੇ ਮੀਟਿੰਗਾਂ ਹੋਈਆਂ, ਆਹ ਬੰਦੇ ਸੀਗੇ ਵੀ ਹੋ ਸਕਦਾ 5% ਥਾਂ ਤੇ ਵੀ ਉਹਨਾਂ ਦਾ ਮਾਰਜਿਨ 5% ਹੀ ਰੱਖਿਆ, ਉਹ ਕਹਿੰਦੇ ਵੀ 5% ਸਾਡਾ ਵਿੱਚ ਸਾਰੇ ਸ਼ਾਮਿਲ ਕਰੋ ਤੇ ਸਾਨੂੰ ਬੈਕਡੋਰ ਦੇ ਦਿਓ ਤੇ ਉਹ ਤੋਂ ਇਹਨਾਂ ਨੂੰ 500 ਕਰੋੜ ਜਿਹੜਾ 1 ਸਾਲ ਦਾ ਬਚੂਗਾ। ਦੇਖੋ ਕੀ ਕੈਲਕੂਲੇਸ਼ਨ ਹੈ ਕੀ ਨਹੀਂ ਹੈ ਤਾਂ ਸੁਖਬੀਰ ਬਾਦਲ ਸਾਹਿਬ ਜਾਣਦੇ ਨੇ। ਪੈਸਾ ਆਇਆ ਨਹੀਂ ਆਇਆ ਇਹਦੀ ਕੋਈ ਟ੍ਰੇਲ ਨਹੀਂ ਹੈ, ਕਿਉਂਕਿ ਸੁਖਬੀਰ ਬਾਦਲ ਸਾਹਿਬ ਆਪਦੇ ਉਹਦੇ 'ਚ ਹੀ ਕਹਿ ਰਹੇ ਕਿ ਜੀ ਇਹਨਾਂ ਨੇ ਜਦੋਂ ਪੰਜਾਬ ਦੇ ਪੈਸਾ ਲਗਾਇਆ ਗਿਆ ਉਹ ਪੈਸਾ ਉੱਥੋਂ ਲੱਗਿਆ, ਪੰਜਾਬ ਦੇ ਇਲੈਕਸ਼ਨ ਦਾ ਪੈਸਾ ਉੱਥੋਂ ਲਗਾਇਆ ਗਿਆ, ਤਾਂ ਕੈਪੀਟਲ ਕੰਟਰੀਬਿਊਸ਼ਨ ਆਈ ਹੋਊਗੀ, ਕੈਂਪੇਨ ਕੰਟਰੀਬਿਊਸ਼ਨ ਆਈ ਹੋਊਗੀ, ਉਹਦੇ ਵਾਸਤੇ ਆਪਾਂ ਨਾ ਨਹੀਂ ਕਰ ਸਕਦੇ। ਪਰ ਇਸੇ ਨੂੰ ਤਾਂ ਕ੍ਰੋਨੀ ਕੈਪੀਟਲਿਜ਼ਮ ਕਹਿੰਦੇ ਨੇ। ਮਤਲਬ ਬਾਕੀ ਸਾਰੀ ਗੱਲ ਜਿਹੜੇ ਸਾਨੂੰ ਤੁਸੀਂ ਦੱਸਿਆ ਸੁਖਬੀਰ ਬਾਦਲ ਸਾਹਿਬ ਨੇ ਸਟੇਟਮੈਂਟ ਦੀ, ਬਾਕੀ ਸਾਰੀ ਗੱਲ ਬੜੀ ਵਧੀਆ, ਉਹਨਾਂ ਨੇ ਇੱਕ ਘੁਟਾਲਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਐਂਡ ਤੇ ਜਾ ਕੇ ਫਿਰ ਆਪਦੀ ਜਿਹੜੀ ਬਦਲੇ ਦੀ ਰਾਜਨੀਤੀ ਬਲੇਮਿੰਗ ਵੀ 5% ਉਹ ਕਹਿੰਦੇ ਜੀ ਬੈਕਡੋਰ ਤੋਂ, ਮਤਲਬ ਕਹਾਣੀਆਂ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ ਕਿ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਇੱਕ ਇੱਕ ਚੀਜ਼ ਬਣਾਈ ਹੈ, ਇੱਕ ਪਾਲਿਸੀ ਬਣਾਈ ਹੈ, ਉਹ ਕਿਸ ਤਰੀਕੇ ਨਾਲ ਬਣਾਈ ਹੈ, ਕਿ ਆਮ ਬੰਦੇ ਨੂੰ ਫਾਇਦਾ ਹੋਇਆ। ਇੱਥੇ ਆਮ ਬੰਦੇ ਨੂੰ ਫਾਇਦਾ ਹੁੰਦਾ ਦਿਖ ਰਿਹਾ, ਜਿਹੜੀ ਗੱਲ ਕਿਉਂ, ਕਿਉਂਕਿ ਦਾਰੂ ਸਸਤੀ ਹੋ ਗਈ, ਕਿ ਪੰਜਾਬ ਨੂੰ ਫਾਇਦਾ ਹੋ ਗਿਆ, ਪੰਜਾਬ ਨੂੰ ਫਾਇਦਾ ਹੁੰਦਾ ਦਿਖ ਰਿਹਾ ਕਿਉਂਕਿ ਸੇਲ ਵੱਧ ਗਈ ਹੈ, ਤੁਹਾਡੀ ਟਰਨਓਵਰ ਇਨਕਮ ਵੱਧ ਗਈ ਹੈ, ਟਰਨਓਵਰ ਵੱਧ ਗਈ ਹੈ, ਪੰਜਾਬ ਨੂੰ ਵੀ ਫਾਇਦਾ ਹੋ ਗਿਆ, ਟੈਕਸ ਦੀ ਜਿਹੜੀ ਕਲੈਕਸ਼ਨ ਹੈਗੀ ਟੈਕਸ ਕਲੈਕਸ਼ਨ ਵੱਧ ਰਹੀ ਹੈ, ਇਨਕਮ ਵੱਧ ਰਹੀ ਹੈ, ਖਜ਼ਾਨਾ ਭਰ ਰਿਹਾ, ਖਜ਼ਾਨਾ ਭਰ ਰਿਹਾ, ਪੰਜਾਬ ਨੂੰ ਵੀ ਫਾਇਦਾ ਹੋ ਰਿਹਾ, ਉਹਦੇ ਵਿੱਚ ਪਾਰਟੀ ਵੀ ਫਾਇਦਾ ਕਰ ਰਹੀ ਹੋਊਗੀ ਤਾਂ ਕਰ ਰਹੀ ਹੋਊਗੀ, ਓਵਰਆਲ ਤਾਂ ਫਾਇਦਾ ਜਿਹੜਾ ਪੰਜਾਬ ਦਾ, ਜਾਂ ਕਿਸੇ ਦੋ ਬੰਦਿਆਂ ਨੂੰ ਫਾਇਦਾ ਹੋ ਰਿਹਾ ਤਾਂ ਹੋ ਰਿਹਾ, ਓਵਰਆਲ ਪੰਜਾਬ ਦਾ ਫਾਇਦਾ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਇੱਕ ਨੁਕਸਾਨ ਇਹ ਹੈ ਕਿ ਪੰਜਾਬ ਦੇ ਆਮ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੰਮ ਨਹੀਂ ਮਿਲਿਆ, ਜਾਂ ਕਹਿ ਲਓ ਪੁਰਾਣੇ ਲੋਕ ਜਿਹੜੇ ਦਾਰੂ ਦਾ ਵਪਾਰ ਕਰਦੇ, ਜਿਹੜੇ ਐਲਵਨ ਦਾ ਵਪਾਰ ਕਰਦੇ ਸੀ ਜਾਂ ਬਾਕੀ ਪਾਰਟੀਆਂ ਦੇ ਚਾਹੀਦੇ ਹੁੰਦੇ ਸੀ, ਉਹਨਾਂ ਨੂੰ ਕੰਮ ਨਹੀਂ ਮਿਲਿਆ, ਇੱਕ ਬਾਹਰਲੇ ਦੋ ਬੰਦੇ ਲੈ ਗਏ, ਇਹ ਕੰਮ ਤਾਂ ਆਪਾਂ ਮੰਨ ਸਕਦੇ ਹਾਂ, ਪਰ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ। ਭਾਜੀ ਮੈਂ ਤੁਹਾਡੀ ਗੱਲ ਤੋੜਦਾ ਵੀ ਗੱਲ ਤੁਸੀਂ ਠੀਕ ਕਹੀ ਹੈ ਵੀ ਪੰਜਾਬ ਦੇ ਲੋਕਾਂ, ਪਰ ਪਿਛਲੇ 70 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਸੀ, ਲੀਡਰਾਂ ਨਾਲ ਮਿਲ ਕੇ ਉਹ ਖਾ ਹੀ ਰਹੇ ਸੀ, ਪੰਜਾਬ ਨੂੰ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀ, ਤੇ ਓਵਰਆਲ ਜੇ ਪੰਜਾਬ ਦਾ ਫਾਇਦਾ ਹੋ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਨਹੀਂ ਕੰਮ ਮਿਲਿਆ, ਇਹਨਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ, ਤੇ ਫਿਰ ਮੇਰੇ ਹਿਸਾਬ ਨਾਲ ਲੋਕਾਂ ਨੂੰ ਕੰਮ ਦੇਣ ਦਾ ਫਾਇਦਾ ਵੀ ਕੋਈ ਨਹੀਂ। ਦੇਖੋ ਇਹ ਆਪਦੇ ਸਮੇਂ ਦੀ ਗੱਲ ਹੈ ਕਿ ਯਾਰ ਉਹ ਕਹਿੰਦੇ ਨੇ ਕਿ ਯਾਰ ਖਾਵੇ ਤਾਂ ਆਪਦਾ ਖਾਵੇ, ਹੈ ਬਾਹਰਲੇ ਨੂੰ ਕਿਉਂ ਖਾਣ ਦੀ ਹੈ, ਇਹਦੇ ਵਿੱਚ ਉਹ ਚੀਜ਼ ਵੀ ਆ ਜਾਂਦੀ ਹੈ। ਇਹ ਇਕੱਲੇ ਇਕੱਲੇ ਖਾਂਦੇ ਸੀ ਆਪ ਹੀ, ਪੰਜਾਬ ਦਾ ਤਾਂ ਕੋਈ ਫਾਇਦਾ ਨਹੀਂ, ਪੰਜਾਬ ਦਾ ਕਰਜ਼ੇ ਚ ਡੁੱਬਿਆ ਜਾਂਦਾ ਸੀ। ਹਾਂ ਬਿਲਕੁਲ, ਇਹਦੇ ਵਿੱਚ ਆਪਾਂ ਡਿਬੇਟ ਜਿੰਨੀ ਮਰਜ਼ੀ ਕਰ ਲਈਏ, ਇਹਦੇ ਚੋਂ ਨਿਕਲਣਾ ਕੁਛ ਵੀ ਨਹੀਂ, ਹਰੇਕ ਬੰਦੇ ਦਾ ਆਪਦਾ ਸੋਚਣਾ ਹੈ, ਪਰ ਓਵਰਆਲ ਪੰਜਾਬ ਦਾ ਫਾਇਦਾ ਹੋਣਾ, ਇਹ ਹਰੇਕ ਬੰਦੇ ਦਾ ਆਪਦਾ ਸੋਚਣਾ ਹੈ ਕਿ ਉਹ ਕਿ ਐਂ ਫਾਇਦਾ ਹੋਇਆ ਕਿ ਐਂ ਫਾਇਦਾ ਹੋਇਆ, ਕਿੰਨਾ ਨੁਕਸਾਨ ਹੋਇਆ, ਕਿੰਨਾ ਫਾਇਦਾ ਹੋਇਆ, ਆਪਾਂ ਗੱਲਾਂ ਕਰਕੇ ਦੇਖਣ ਵਾਲਿਆਂ ਤੇ ਛੱਡੀਏ, ਉਹਨਾਂ ਨੂੰ ਕੀ ਲੱਗਦਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ ਕਿ ਇਹ ਜਿਹੜਾ ਸਿਸਟਮ ਹੈ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੈ ਜਾਂ ਫਾਇਦਾ ਹੈ, ਕਿਉਂਕਿ ਦਾਰੂ ਸਸਤੀ ਹੋ ਗਈ ਹੈ, ਇਨਕਮ ਵੱਧ ਗਈ ਹੈ, ਟੈਕਸ ਕਲੈਕਸ਼ਨ ਵੱਧ ਗਈ ਹੈ, ਲੇਕਿਨ ਜਿਹੜੇ ਕਾਫੀ ਲੋਕਾਂ ਨੂੰ ਐਲਵਨ ਦਾ ਠੇਕੇ ਮਿਲਦੇ ਸੀ, ਜਾਂ ਜਿਹੜੇ ਮੰਤਰੀਆਂ ਦੇ ਚਹੇਤਿਆਂ ਨੂੰ ਮਿਲਦੇ ਸੀ, ਜਾਂ ਜਿਹੜੇ ਮੋਹਦਵਾਰਾਂ ਨੂੰ ਮਿਲਦੇ ਸੀ, ਜਾਂ ਪਾਰਟੀ ਵਰਕਰਾਂ ਨੂੰ ਜਿਹੜਾ ਐਲਵਨ ਦਿੱਤਾ ਜਾਂਦਾ ਸੀ, ਉਹਦੀ ਜਗ੍ਹਾ ਤੇ ਦੋ ਬੰਦਿਆਂ ਨੂੰ ਜਾਂ ਦੋ ਕੰਪਨੀਆਂ ਨੂੰ ਡਾਇਰੈਕਟ ਕੰਮ ਦੇ ਦਿੱਤਾ ਗਿਆ, ਇਹਦਾ ਵਿੱਚ ਤੁਹਾਡਾ ਕੀ ਕਹਿਣਾ ਹੈ, ਤੁਸੀਂ ਦੱਸਿਆ ਜੀ। ਭਾਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲੋਕਾਂ ਤੋਂ ਇਸ ਚੀਜ਼ ਦੀ ਡਿਮਾਂਡ ਮੰਗੀ ਹੈ, ਇਹਨਾਂ ਤੋਂ ਕਮੈਂਟ ਮੰਗਿਆ ਵੀ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ, ਹੈਨਾ। ਪਰ ਮੈਂ ਕਹਿੰਦਾ ਵੀ ਬਹੁਤੇ ਪੱਥਰਾਂ ਨਾਲੋਂ ਦੋ ਹੀਰੇ ਇਕੱਠੇ ਕਰ ਲਿੱਤੇ ਜਾਣ ਤਾਂ ਉਹ ਠੀਕ ਹੈ, ਨਾਲੇ ਉਹਨਾਂ ਦਾ ਫਾਇਦਾ ਹੁੰਦਾ, ਬੜੇ ਖਾਣ ਵਾਲਿਆਂ ਦੇ ਵਿੱਚ ਨੁਕਸਾਨ ਹੀ ਹੁੰਦਾ, ਖਾਣ ਵਾਲੇ ਘੱਟ ਹੋਣ ਤਾਂ ਫਾਇਦਾ ਵੱਧ ਹੁੰਦਾ ਆਮ ਲੋਕਾਂ ਨੂੰ। ਹੁਣ ਮੈਨੂੰ ਇੱਕ ਗੱਲ ਦੱਸੋ, ਮੈਂ ਹੁਣ ਇਹਦੇ ਵਿੱਚ ਤੁਹਾਨੂੰ ਟੋਕਦਾ, ਤੁਸੀਂ ਕਹਿੰਦੇ ਹੋ ਦੋ ਬਹੁਤ ਹੋਣ, ਉਹ ਦੋ ਪੰਜਾਬ ਦੇ ਕਿਉਂ ਨਹੀਂ ਹੋ ਸਕਦੇ, ਇਹ ਵੀ ਸੋਚਣ ਵਾਲੀ ਗੱਲ, ਉਹ ਦੋ ਪੰਜਾਬ ਦੇ ਹੋਣੇ ਚਾਹੀਦੇ ਨੇ, ਨਹੀਂ ਪੰਜਾਬ ਦਾ ਸਿਸਟਮ ਹੈ, ਪੰਜਾਬ ਦੇ ਕਿਉਂ ਨਹੀਂ ਹੋ ਸਕਦੇ ਸੀ। ਪਹਿਲਾਂ ਪੰਜਾਬੀਆਂ ਨੂੰ ਦੇ ਕੇ ਉਹਨਾਂ ਨੇ ਦੇਖ ਲਿਆ, ਕਿਉਂਕਿ ਪੰਜਾਬ ਦੇ ਵਿੱਚ ਉਸ ਲੈਵਲ ਦਾ ਕੋਈ ਬੰਦਾ ਹੀ ਨਹੀਂ ਮਿਲਿਆ ਹੋਣਾ ਇਹਨਾਂ ਨੂੰ, ਮੇ ਬੀ। ਦੇਖੋ ਕ੍ਰੋਨੀ ਕੈਪੀਟਲਿਜ਼ਮ ਦੀ ਇਹੀ ਚੀਜ਼ ਹੁੰਦੀ ਹੈ, ਫਿਰ ਮੈਂ ਉਹੀ ਕਹੂੰਗਾ, ਕ੍ਰੋਨੀ ਕੈਪੀਟਲਿਜ਼ਮ ਦੇ ਵਿੱਚ ਆਪਦੇ ਬੰਦੇ ਨੂੰ ਫੇਵਰ ਦੇਣੇ ਹੁੰਦੇ, ਜਿਸ ਬੰਦੇ ਨੂੰ ਦੇਣਾ ਉਸ ਹਿਸਾਬ ਨਾਲ ਸ਼ਰਤਾਂ ਬਣਾਈਆਂ ਜਾਂਦੀਆਂ ਨੇ, ਉਹ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣੀਆਂ ਚਾਹੀਦੀਆਂ ਨਾ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਪੈਸਾ ਨਹੀਂ ਹੈ ਜਾਂ ਪੰਜਾਬੀ ਹੈ ਨਹੀਂ? ਪੰਜਾਬੀ ਵੀ ਹੈਗੇ ਆ ਪੰਜਾਬ ਦੇ ਵਿੱਚ, ਪੈਸਾ ਵੀ ਹੈਗਾ, ਪਰ ਪਿਛਲੇ 70 ਸਾਲਾਂ ਤੋਂ ਉਹ ਉਸ ਲੈਵਲ ਤੱਕ ਨਹੀਂ ਪਹੁੰਚ ਸਕਿਆ, ਲੋਕ ਆਪਦੀਆਂ ਜੇਬਾਂ ਹੀ ਭਰਦੇ ਸੀ, ਲੋਕ ਲੀਡਰਾਂ ਦੀਆਂ ਜੇਬਾਂ ਹੀ ਭਰਦੇ ਸੀ, ਪੋਲਿਟਿਕਸ ਹੀ ਚੱਲਦੀ ਸੀ ਹਰੇਕ ਦੇ ਵਿੱਚ। ਚਲੋ ਦੇਖਦੇ ਹਾਂ ਇਹਦਾ ਕਿੰਨਾ ਫਾਇਦਾ ਹੋਊਗਾ, ਦਰਸ਼ਨ ਦੱਸਣਗੇ, ਆਪਾਂ ਕਿਸੇ ਦੀ ਫੇਵਰਟਿਜ਼ਮ ਨਹੀਂ ਕਰਦੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ
ਹੈ।